हाँ जी दोस्तों, आज आप स्टार्ट करांगे एसएससी जीडी कांस्टेबल शिफ्ट 4 2024 ਦੇ ਵਿੱਚ ਜਿਹੜਾ ਪੇਪਰ ਹੋਇਆ। ਤਿੰਨ ਸ਼ਿਫਟਾਂ ਆਲਰੇਡੀ ਆਪਣੀ ਕੰਪਲੀਟ ਹੋ ਚੁੱਕੀ ਹੈ, ਜਿਹੜੀ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ, ਤੇ ਇਹਨਾਂ ਕਲਾਸਿਸ ਦੀ ਜਿਹੜੀ ਪੀਡੀਐਫ ਹੈ ਉਹ ਤੁਸੀਂ ਟੈਲੀਗ੍ਰਾਮ ਚੈਨਲ ਤੇ ਦੇਖ ਸਕਦੇ ਹੋ। ਕਲਾਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਛੋਟੀ ਜਿਹੀ ਇਨਫੋਰਮੇਸ਼ਨ ਦਿੰਦਾ ਤੁਹਾਨੂੰ, ਜਿਹੜੀ ਤੁਹਾਨੂੰ ਕਾਂਸਟੇਬਲ ਜਿਹੜਾ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਜਿਹੜਾ ਤੁਸੀਂ ਦੇਤਾ ਉਹਦੇ ਨਾਲ ਵੀ ਤੁਸੀਂ ਜੀਡੀ ਦਾ ਸਿਲੇਬਸ ਕਿੰਨਾ ਕਵਰ ਅਪ ਕਰ ਚੁੱਕੇ ਹੋ। ਹੁਣ ਤੁਸੀਂ ਦੇਖੋ ਪੰਜਾਬ ਪੁਲਿਸ ਦੇ ਵਿੱਚ ਇੱਕ ਪਾਸੇ ਮੈਂ ਪੰਜਾਬ ਪੁਲਿਸ ਲਿਖਦਾ, ਇੱਕ ਪਾਸੇ ਮੈਂ ਐਸਐਸਸੀ ਜੀਡੀ ਲਿਖਦਾ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਤਿਆਰੀ ਕਰ ਚੁੱਕੇ ਹੈ, ਪੰਜਾਬ ਪੁਲਿਸ ਦਾ ਪੇਪਰ ਵੀ ਦੇ ਚੁੱਕੇ ਹੈ, ਤੇ ਉਹਨਾਂ ਦੀ ਤਿਆਰੀ ਜੀਡੀ ਦੇ ਵਿੱਚ ਕਿੰਨਾ ਫਾਇਦਾ ਕਰ ਦੂਗੀ। ਜਿਹੜਾ ਮੈਥ ਤੁਸੀਂ ਜਿੰਨਾ ਮੈਥ ਦਾ ਸਿਲੇਬਸ ਪੰਜਾਬ ਪੁਲਿਸ ਦੇ ਵਿੱਚ ਪੜ੍ਹਦੇ ਹੋ ਉਹ ਸਾਰਾ ਦਾ ਸਾਰਾ ਤੁਹਾਨੂੰ ਜੀਡੀ ਦੇ ਵਿੱਚ ਕੰਮ ਆਊਗਾ, ਸਾਰਾ ਸਾਰਾ ਜੀਡੀ ਚ ਕੰਮ ਆਊਗਾ। ਜਿਹੜੀ ਰੀਜ਼ਨਿੰਗ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਪੜ੍ਹਦੇ ਹੋ ਉਹ ਸਾਰੀ ਦੀ ਸਾਰੀ ਤੁਹਾਨੂੰ ਜੀਡੀ ਦੇ ਵਿੱਚ ਕੰਮ ਆਊਗੀ। ਜਿਹੜਾ ਜੀਕੇ ਦਾ ਪੋਰਸ਼ਨ ਤੁਸੀਂ ਪੰਜਾਬ ਪੁਲਿਸ ਚ ਪੜ੍ਹ ਕੇ ਆਏ ਹੋ ਉਹਦਾ ਤੁਹਾਨੂੰ 60% ਜੀਡੀ ਦੇ ਵਿੱਚ ਕੰਮ ਆਊਗਾ, 50-60% ਤੁਹਾਨੂੰ ਜੀਡੀ ਚ ਕੰਮ ਆਊਗਾ, ਠੀਕ ਹੈ ਬਈ। ਤੇ ਜਿਹੜੀ ਇੰਗਲਿਸ਼ ਦਾ ਪੋਰਸ਼ਨ ਤੁਸੀਂ ਪੰਜਾਬ ਪੁਲਿਸ ਚ ਪੜ੍ਹ ਕੇ ਆਏ ਸਾਰੀ ਦੀ ਸਾਰੀ ਇੰਗਲਿਸ਼ ਤੁਹਾਨੂੰ ਐਸਐਸਸੀ ਜੀਡੀ ਦੇ ਪੇਪਰ ਚ ਕੰਮ ਆਊਗੀ। ਤੇ ਲਾਸਟ ਸਬਜੈਕਟ ਵਾਈਜ਼ ਦੇਖੀਏ ਆਪਾਂ, ਇੱਕ ਹਿੰਦੀ ਵੀ ਆਉਂਦੀ ਹੈ, ਹਿੰਦੀ ਦਾ ਜਿਹੜਾ ਪੋਰਸ਼ਨ ਹੈ ਉਹ ਪੰਜਾਬ ਪੁਲਿਸ ਦੇ ਵਿੱਚ ਨਹੀਂ ਹੈ, ਹਿੰਦੀ ਦਾ ਪੋਰਸ਼ਨ ਪੰਜਾਬ ਪੁਲਿਸ ਦੇ ਵਿੱਚ ਨਹੀਂ ਹੈ, ਤੇ ਐਸਐਸਸੀ ਦੇ ਵਿੱਚ ਜੀਡੀ ਦੇ ਵਿੱਚ ਹਿੰਦੀ ਆਉਂਦੀ ਹੈ। ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇੰਗਲਿਸ਼ ਜਾਂ ਹਿੰਦੀ ਦੇ ਵਿੱਚੋਂ ਇੱਕ ਲੈਂਗੁਏਜ ਸਿਲੈਕਟ ਕਰਨੀ ਹੁੰਦੀ ਹੈ। ਜੇਕਰ ਤੁਸੀਂ ਇੰਗਲਿਸ਼ ਲੈਂਗੁਏਜ ਸਿਲੈਕਟ ਕਰਦੇ ਹੋ ਫਿਰ ਤਾਂ ਤੁਹਾਡਾ ਹਿੰਦੀ ਦਾ ਕੋਈ ਲਿੰਕ ਨੀਗਾ, ਹਿੰਦੀ ਨਾਲ ਤੁਹਾਨੂੰ ਕੋਈ ਲੈਣਾ ਦੇਣਾ ਨੀਗਾ। ਜੇਕਰ ਪੇਪਰ ਤੁਸੀਂ ਪੇਪਰ ਦੇ ਵਿੱਚ ਹਿੰਦੀ ਲੈਂਗੁਏਜ ਸਿਲੈਕਟ ਕਰਦੇ ਵੀ ਮੈਂ ਤਾਂ ਇੰਗਲਿਸ਼ ਮੈਨੂੰ ਘੱਟ ਆਉਂਦੀ ਹੈ, ਮੈਂ ਤਾਂ ਹਿੰਦੀ ਲੈਂਗੁਏਜ ਸਿਲੈਕਟ ਕਰਨੀ, ਜਿਹੜੇ 20 ਸਵਾਲ 20 ਕੁਐਸਚਨ ਆਉਂਦੇ ਆ ਹਿੰਦੀ ਦੇ ਆਉਣੇ ਚਾਹੀਦੇ ਆ, 40 ਨੰਬਰ ਦੀ ਹਿੰਦੀ ਆਉਣੀ ਚਾਹੀਦੀ ਮੇਰੇ ਪੇਪਰ ਚ, ਇੰਗਲਿਸ਼ ਨਹੀਂ ਆਉਣੀ ਚਾਹੀਦੀ, ਤਾਂ ਤੁਹਾਨੂੰ ਹਿੰਦੀ ਪੜ੍ਹਨੀ ਪਊਗੀ ਸਾਰੀ ਦੀ ਸਾਰੀ, ਠੀਕ ਹੈ। ਤਾਂ ਤੁਸੀਂ ਦੇਖੋ ਮੋਟਾ ਮੋਟਾ ਇੱਥੇ ਗੱਲ ਕਰਾਂ ਤਾਂ 60% ਸਿਲੇਬਸ ਤੁਹਾਡਾ ਪੰਜਾਬ ਪੁਲਿਸ ਕਾਂਸਟੇਬਲ ਦੇ ਨਾਲ ਮੈਚ ਖਾਂਦਾ, ਐਸਐਸਸੀ ਜੀਡੀ ਦਾ 60% ਸਿਲੇਬਸ ਪੰਜਾਬ ਪੁਲਿਸ ਕਾਂਸਟੇਬਲ ਨਾਲ ਮੈਚ ਹੋ ਜਾਂਦਾ, ਠੀਕ ਹੈ ਬਈ। ਤਾਂ ਜਿਹੜੇ ਬੱਚੇ ਪੰਜਾਬ ਪੁਲਿਸ ਦਾ ਪੇਪਰ ਦੇ ਚੁੱਕੇ ਆ ਤਾਂ ਵਧੀਆ, ਵੀ ਸਾਰਿਆਂ ਦਾ ਪੇਪਰ ਕਲੀਅਰ ਹੋ ਜੇ। ਫਿਰ ਵੀ ਇਨ ਕੇਸ ਕਿਸੇ ਨੂੰ ਲੱਗਦਾ ਵੀ ਇੱਕ ਮੌਕਾ ਮੈਨੂੰ ਇੱਕ ਆਪਸ਼ਨ ਹੋਰ ਚਾਹੀਦਾ ਹੈ, ਤਾਂ ਐਸਐਸਸੀ ਜੀਡੀ ਦਾ ਜਿਹੜਾ ਫਾਰਮ ਫਿਲ ਹੋਣਾ ਸਟਾਰਟ ਹੋਊਗਾ 27 ਅਗਸਤ ਨੂੰ, ਐਸਐਸਸੀ ਜੀਡੀ ਦੇ ਫਾਰਮ ਫਿਲ ਹੋਣੇ ਸਟਾਰਟ ਹੋ ਜਾਣਗੇ, ਠੀਕ ਹੈ। ਤੇ ਬਹੁਤ ਜ਼ਿਆਦਾ ਵੈਕੈਂਸੀ ਆਉਂਦੀ ਹੈ, ਤੇ ਐਸਐਸਸੀ ਜੀਡੀ ਦੇ ਵਿੱਚ 8 ਡਿਪਾਰਟਮੈਂਟ ਹੁੰਦੇ ਆ, 8 ਡਿਪਾਰਟਮੈਂਟ ਜਿਹੜੇ ਮਰਜ਼ੀ ਚ ਸਿਲੈਕਸ਼ਨ ਲੈ ਸਕਦੇ ਹੋ, ਠੀਕ ਹੈ। ਤੇ ਜਿਹੜੀ ਐਸਐਸਸੀ ਜੀਡੀ ਦੀ ਜਿਹੜੀ ਸੈਲਰੀ ਹੈ ਉਹ ਪੰਜਾਬ ਪੁਲਿਸ ਨਾਲੋਂ ਜ਼ਿਆਦਾ ਹੀ ਹੈ। ਚਲੋ ਕਰਦੇ ਹਾਂ ਹੁਣ ਆਪਾਂ ਕਾਂਸਟੇਬਲ ਸ਼ਿਫਟ 4, ਤੇ ਸ਼ਿਫਟ 4 ਦਾ ਆਪਣਾ ਪਹਿਲਾ ਕੁਐਸਚਨ ਟਾਈਮ ਐਂਡ ਵਰਕ ਦਾ ਕੁਐਸਚਨ ਆ ਗਿਆ ਬਈ। ਟਾਈਮ ਐਂਡ ਵਰਕ ਅਗੇਨ ਮੈਂ ਜਿਵੇਂ ਲਾਸਟ ਕਲਾਸ 'ਚ ਆਪਾਂ ਕੀਤਾ ਸੀ, 30 ਸੈਕਿੰਡ ਮੈਂ ਤੁਹਾਨੂੰ ਦਊਂਗਾ, ਪੜ੍ਹੋ ਕੁਐਸਚਨ ਸਮਝੋ ਫਿਰ ਮੈਂ ਕਰਵਾ ਦੂੰਗਾ, ਠੀਕ ਹੈ। ਤਾਂ ਪਹਿਲਾ ਕੁਐਸਚਨ ਆਪਣੇ ਕੋਲੇ ਕਹਿੰਦਾ ਸੋਨੂੰ ਇਕੱਲਾ 125 ਦਿਨਾਂ ਦੇ ਵਿੱਚ ਕੰਮ ਕਰ ਸਕਦਾ ਹੈ, ਸੋਨੂੰ 125 ਦਿਨਾਂ 'ਚ ਕੰਮ ਕਰਦਾ ਹੈ ਜਦਕਿ ਮੋਨੂੰ ਇਕੱਲਾ 250 ਦਿਨਾਂ ਦੇ ਵਿੱਚ ਟੇਬਲ ਬਣਾ ਸਕਦਾ ਹੈ, ਠੀਕ ਹੈ। ਤਾਂ ਇੱਥੋਂ ਆਪਾਂ ਕੀ ਕਰਦੇ ਹਾਂ, ਜਿਹੜਾ ਆਪਣੇ ਕੋਲੇ ਟਾਈਮ ਦਿੱਤਾ ਹੁੰਦਾ ਉਸ ਟਾਈਮ ਦਾ ਜਿਹੜਾ ਐਲਸੀਐਮ ਹੈ ਉਹ ਆਪਣੇ ਕੋਲੇ ਟੋਟਲ ਵਰਕ ਬਣ ਜਾਂਦਾ ਹੈ। 125 ਤੇ 250 ਦਾ ਜਿਹੜਾ ਐਲਸੀਐਮ ਹੋਊਗਾ ਉਹ ਕਿੰਨਾ ਹੋਊਗਾ, 250। 125 250 ਦਾ ਐਲਸੀਐਮ ਕਿੰਨਾ ਆ ਗਿਆ, 250। ਚਲੋ ਲਿਖ ਦਿੰਦਾ ਮੈਂ, ਟੋਟਲ ਵਰਕ ਕਿੰਨਾ ਆ ਗਿਆ, 250।
ਸੋਨੋ ਦੀ ਗੱਲ ਕਰੀਏ, ਸੋਨੂ 250 ਯੂਨਿਟ ਕੰਮ 125 ਦਿਨਾਂ ਚ ਕਰੂਗਾ ਤਾਂ ਡੇਲੀ ਸੋਨੂ ਕਿੰਨਾ ਕਰਦਾ? 2, ਤਾਂ ਹੀ ਤਾਂ 125 ਦਿਨਾਂ ਚ 250 ਪੂਰਾ ਹੋ ਜਾਊਗਾ। ਮੋਨੂ ਦੀ ਗੱਲ ਕਰੀਏ, 250 ਯੂਨਿਟ ਕੰਮ 250 ਦਿਨਾਂ ਚ ਕਰਦਾ ਤਾਂ ਮੋਨੂ ਡੇਲੀ ਇੱਕ ਕਰਦਾ ਤਾਂ 250 ਦਿਨਾਂ ਚ ਕਰ ਗਿਆ ਕਿ ਨਹੀਂ ਕਰ ਗਿਆ? ਠੀਕ ਹੈ ਵੀ, ਹੁਣ ਆਪਾਂ ਨੂੰ ਕਿਹਾ ਗਿਆ ਮੋਨੂ ਨੇ ਕੰਮ ਕਰਨਾ ਸ਼ੁਰੂ ਕੀਤਾ ਅਤੇ 75 ਦਿਨ ਕੰਮ ਕੀਤਾ। ਇਕੱਲਾ ਮੋਨੂ ਕੰਮ ਕਰਦਾ, ਮੋਨੂ ਇਕੱਲਾ ਕੰਮ ਕਰਦਾ 75 ਦਿਨ ਤੱਕ। ਮੋਨੂ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਕਰਦਾ? ਇੱਕ। ਮੋਨੂ ਇੱਕ ਦਿਨ ਚ ਇੱਕ, 75 ਦਿਨਾਂ ਚ 75। ਠੀਕ ਹੈ ਵੀ, ਸੋਨੂ ਬਾਕੀ ਬਚਿਆ ਕੰਮ ਕਿੰਨੇ ਦਿਨਾਂ ਚ ਕਰ ਦਿੰਦਾ? ਹੁਣ ਪਿੱਛੇ ਜਿੰਨਾ ਵੀ ਕੰਮ ਰਹਿ ਗਿਆ ਉਹ ਕੌਣ ਕਰਦਾ? ਸੋਨੂ ਕਰਦਾ। ਪਿੱਛੇ ਕੰਮ ਕਿੰਨਾ ਰਹਿ ਗਿਆ? ਕੰਮ ਸੀਗਾ ਸਾਰਾ, ਟੋਟਲ ਵਰਕ ਕਿੰਨਾ ਸੀਗਾ? 250, ਜਿਹਦੇ ਵਿੱਚੋਂ ਮੋਨੂ ਨੇ ਕਿੰਨਾ ਕਰਤਾ? 75। 250 ਦੇ ਵਿੱਚੋਂ 75 ਮਾਈਨਸ ਕਰ ਦੋ, 250 ਚ 75 ਮਾਈਨਸ ਕਰ ਦੋਗੇ, ਪਿੱਛੇ ਕਿੰਨਾ ਰਹਿ ਗਿਆ? 175 ਰਹਿ ਗਿਆ। 175 ਕੌਣ ਕਰਦਾ? ਸੋਨੂ ਕਰਦਾ। ਕਿੰਨੇ ਦੀ ਸ਼ਮਤਾ ਨਾਲ? 2 ਦੀ ਸ਼ਮਤਾ ਨਾਲ ਡੇਲੀ 2 ਟੇਬਲ ਬਣਾਉਂਦਾ। ਤਾਂ 175 ਬਣਾਉਣ ਵਾਸਤੇ ਕਿੰਨਾ ਟਾਈਮ ਲੱਗੂਗਾ? 175/2 87.5, ਤੇ ਬਾਕੀ ਰਹਿੰਦਾ ਕੰਮ 87.5 ਡੇਸ ਦੇ ਵਿੱਚ ਕੰਪਲੀਟ ਹੋ ਜਾਂਦਾ ਬਈ। ਤੇ ਬਹੁਤ ਹੀ ਸੌਖਾ ਜਾਂ ਸਿੰਪਲ ਜਿਹਾ ਕੁਸ਼ਚਨ, ਆਸਾਨ ਜਿਹਾ ਕੁਸ਼ਚਨ ਸੀ ਆਪਣੇ ਕੋਲੇ, ਤੇ ਕੋਈ ਜ਼ਿਆਦਾ ਹੈ ਜੋ ਕੁਛ ਲਿਖਣ ਵਾਲਾ ਕਰਨ ਵਾਲਾ ਹੈ ਨਹੀਂ। ਠੀਕ ਹੈ ਵੀ, ਚਲੀਏ ਅਗਲੇ ਕੁਸ਼ਚਨ ਤੇ। ਚਲੋ ਨੈਕਸਟ ਕੁਸ਼ਚਨ, ਨੈਕਸਟ ਕੁਸ਼ਚਨ ਹੈ ਤੁਹਾਡੇ ਕੋਲੇ ਏਜਿਸ, ਏਜਿਸ ਆਯੂ ਉਮਰ। ਦੇਖੋ ਕੀ ਕਹਿੰਦਾ, ਕਹਿੰਦਾ ਅਨੁਪਾਤ ਵਿੱਚ 3 ਵਿਅਕਤੀਆਂ ਦੀ ਮੌਜੂਦਾ ਉਮਰ, ਮੌਜੂਦਾ ਉਮਰ ਦਾ 3 ਵਿਅਕਤੀਆਂ ਦੀ ਮੌਜੂਦਾ ਉਮਰ ਦਾ ਅਨੁਪਾਤ 3:5:7 ਹੈ। 6 ਸਾਲ ਪਹਿਲਾਂ ਉਹਨਾਂ ਦੀ ਉਮਰ ਦਾ ਜੋੜ 87 ਸਾਲ ਸੀ, ਉਹਨਾਂ ਦੀ ਮੌਜੂਦਾ ਉਮਰ ਲੱਭੋ। ਠੀਕ ਹੈ, ਤਾਂ ਇੱਕ ਗੱਲ ਧਿਆਨ ਨਾਲ ਸੁਣ ਲਓ, ਜਿਹੜੀ ਆਪਾਂ ਨੂੰ ਏਜਿਸ ਦੇ ਕੁਸ਼ਚਨ ਦੇ ਰੇਸ਼ੋ ਦੇ ਕੁਸ਼ਚਨ 'ਚ ਬਹੁਤ ਕੰਮ ਆਉਂਦੀ ਹੈ। ਇੰਪੋਰਟੈਂਟ ਗੱਲ ਕੀ, ਇੱਥੇ ਗੌਰ ਨਾਲ ਸੁਣਨ ਵਾਲੀ ਗੱਲ ਕੀ ਹੈ, ਜਿਸ ਟਾਈਮ ਦਾ ਰੇਸ਼ੋ ਹੁੰਦਾ ਟੋਟਲ ਵੈਲਿਊ ਉਸੇ ਟਾਈਮ ਦੀ ਹੋਣੀ ਚਾਹੀਦੀ ਹੈ, ਦੋਨੋਂ ਇੱਕੋ ਸਮੇਂ ਦੇ ਹੋਣੇ ਚਾਹੀਦੇ ਆ। ਜਦੋਂ ਰੇਸ਼ੋ ਤੇ ਟੋਟਲ ਦੋਨੋਂ ਇੱਕੋ ਸਮੇਂ ਦੇ ਹੁੰਦੇ ਆ ਤਾਂ ਹੀ ਉਹਨਾਂ ਨੂੰ ਬਰਾਬਰ ਕੀਤਾ ਜਾ ਸਕਦਾ ਹੈ, ਨਹੀਂ ਤਾਂ ਬਰਾਬਰ ਨਹੀਂ ਕੀਤਾ ਜਾ ਸਕਦਾ। ਆਪਣੇ ਕੋਲੇ ਰੇਸ਼ੋ ਦੇ ਰੱਖਿਆ ਮੌਜੂਦਾ 3:5:7, ਆ ਪ੍ਰੈਜੈਂਟ ਮੌਜੂਦਾ ਪ੍ਰੈਜੈਂਟ ਰੇਸ਼ੋ ਹੈ, ਤੇ ਜਿਹੜਾ ਇਹਨਾਂ ਦਾ ਟੋਟਲ ਦੇ ਰੱਖਿਆ ਉਹ 6 ਸਾਲ ਪਹਿਲਾਂ ਦਾ ਦੇ ਰੱਖਿਆ, ਤੇ ਟੋਟਲ ਹੈ 6 ਸਾਲ ਪਹਿਲਾਂ 87। ਤਿੰਨਾਂ ਦਾ ਜਿਹੜਾ ਜੋੜ ਹੈ ਉਹ ਕਿੰਨਾ? 87 ਹੈ 6 ਸਾਲ ਪਹਿਲਾਂ। ਆਪਾਂ ਚਲੋ ਨਾਂ ਦੇ ਦਿੰਦੇ ਹਾਂ ABC, ABC ਤਿੰਨਾਂ ਦੀ ਉਮਰ ਦਾ ਜੋੜ 6 ਸਾਲ ਪਹਿਲਾਂ ਹੈ 87, ਮੌਜੂਦਾ ਰੇਸ਼ੋ ਹੈ। ਤਾਂ ਜਿਸ ਟਾਈਮ ਦਾ ਰੇਸ਼ੋ ਹੈ ਟੋਟਲ ਵੀ ਉਸੇ ਟਾਈਮ ਲੈ ਕੇ ਆਓ, ਤਾਂ A ਦੀ ਉਮਰ ਵੀ 6 ਸਾਲ ਵਧੂਗੀ, B ਦੀ ਉਮਰ ਵੀ 6 ਸਾਲ ਵਧੂਗੀ, C ਦੀ ਉਮਰ ਵੀ 6 ਸਾਲ ਵਧੂਗੀ, ਤਾਂ ਤਿੰਨਾਂ ਦਾ ਟੋਟਲ 18 ਸਾਲ ਵੱਧ ਕੇ ਮੌਜੂਦਾ ਟੋਟਲ ਏਜ ਕਿੰਨੀ ਹੋਗੀ? 105 ਸਾਲ। ABC ਦੀ ਮੌਜੂਦਾ ਉਮਰ 105 ਤੇ ਮੌਜੂਦਾ ਉਮਰ ਦਾ ਜੋੜ 105, ਤਾਂ 105 ਕਿੰਨੇ ਹਿੱਸੇ ਦੇ ਬਰਾਬਰ ਹੈ? 7:5:3, 15 ਦੇ ਬਰਾਬਰ ਹੋ ਗਿਆ, 15 ਦੇ ਬਰਾਬਰ ਹੋ ਗਿਆ। 15 ਹਿੱਸੇ ਕਿੰਨੇ ਦੇ ਬਰਾਬਰ? 105 ਸਾਲ ਦੇ ਬਰਾਬਰ। ਤਾਂ ਇੱਕ ਹਿੱਸੇ ਦੀ ਵੈਲਿਊ ਕਿੰਨੀ ਆ ਗਈ? 7 ਸਾਲ, 15 × 7 = 105, ਇੱਕ ਹਿੱਸੇ ਦੀ ਵੈਲਿਊ 7 ਸਾਲ। ਤਾਂ ਪਹਿਲੇ ਦੀ ਉਮਰ 7 ਹੀ ਹੈ 21, ਦੂਜੇ ਦੀ ਉਮਰ 7×35, ਤੀਜੇ ਦੀ ਉਮਰ 7×7 = 49 ਸਾਲ। ਤਾਂ ABC ਦੀ ਮੌਜੂਦਾ ਉਮਰ ਦਾ ਅਨੁਪਾਤ ਆ ਗਿਆ ਬਈ, ਸੋਰੀ ਏਜ ਆ ਗਈ, ABC ਦੀ ਮੌਜੂਦਾ ਉਮਰ ਕਿੰਨੀ ਹੈ?
21 35 ਤੇ 49 ਆ ਜੂਗੀ ਬਈ। ਠੀਕ ਹੈ, ਕਲੀਅਰ, ਸਮਝ ਆਇਆ? ਠੀਕ ਹੈ, ਸਮਝ ਆ ਗਿਆ। ਇੱਕ ਤਰੀਕਾ ਤਾਂ ਆ ਹੈਗਾ ਤੁਹਾਡੇ ਕੋਲੇ, ਦੂਜਾ ਤਰੀਕਾ ਹੋਰ ਦੱਸਦਾ। ਠੀਕ ਹੈ, ਦੋ ਦੋ ਤਰੀਕੇ ਨਾਲ ਡਿਸਕਸ ਕਰਾਂਗੇ, ਆ ਪੂਰਾ ਡਿਟੇਲ ਤਰੀਕਾ ਆ ਗਿਆ। ਠੀਕ ਹੈ, ਸਮਝ ਗਏ ਹੋਗੇ ਸਾਰੇ ਜਣੇ, ਹੁਣ ਮੈਂ ਦੂਜਾ ਤਰੀਕਾ ਦੱਸਦਾ। ਚਲੋ ਇਹਨੂੰ ਆਪਾਂ ਹਟਾ ਦਿੰਦੇ ਹਾਂ, ਸਮਝ ਗਏ ਤੁਸੀਂ? ਹੁਣ ਮੈਨੂੰ ਗੱਲ ਦਾ ਜਵਾਬ ਦਿਓ, ਆਪਣੇ ਕੋਲੇ ਜਿਹੜਾ ਕੁਐਸਚਨ ਦੇ ਵਿੱਚ ਰੇਸ਼ੋ ਦਿੱਤਾ ਗਿਆ, ਅਨੁਪਾਤ ਦਿੱਤਾ ਗਿਆ, ਉਹ ਕਦੋਂ ਦਾ? ਮੌਜੂਦਾ ਅਨੁਪਾਤ ਕਦੋਂ ਦਾ? ਮੌਜੂਦਾ ਉਮਰ ਦਾ ਅਨੁਪਾਤ 3 5 7। ਠੀਕ ਹੈ, ਤੇ ਆਪਾਂ ਨੂੰ ਤਿੰਨਾਂ ਦੀ ਮੌਜੂਦਾ ਉਮਰ ਹੀ ਪੁੱਛੀ ਗਈ ਹੈ, ਮੌਜੂਦਾ ਅਨੁਪਾਤ ਦੇ ਕੇ ਮੌਜੂਦਾ ਉਮਰ ਹੀ ਪੁੱਛੀ ਗਈ ਹੈ। ਤਾਂ ਆਪਾਂ ਦੇਖਦੇ ਹਾਂ ਜਿਹੜੇ ਚਾਰ ਆਪਸ਼ਨ ਦਿੱਤੇ ਗਏ ਹੈ, ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਜਿਹੜੇ ਆਪਸ਼ਨ ਦਾ ਅਨੁਪਾਤ ਮੌਜੂਦਾ ਅਨੁਪਾਤ 3 5 7 ਬਣ ਗਿਆ, ਉਹੀ ਆਪਸ਼ਨ ਆਪਣਾ ਆਂਸਰ ਹੋ ਜਾਊਗਾ ਵੀ। ਤਾਂ ਚੱਲਦੇ ਹਾਂ ਪਹਿਲੇ ਆਪਸ਼ਨ ਤੇ। ਪਹਿਲਾ ਆਪਸ਼ਨ ਤੁਸੀਂ ਦੇਖੋਗੇ 8 ਦੇ ਪਹਾੜੇ ਤੇ ਕੈਂਸਲ ਆਊਟ ਕਰੋ, 8 ਦੇ ਪਹਾੜੇ ਤੇ ਕੈਂਸਲ ਆਊਟ ਕਰਾਂਗੇ, 8 3 24, 8 5 40, 8 7 56 ਬਣਦਾ ਵੀ 3 5 7। ਅੱਗੇ ਵੀ ਦੇਖ ਲਈਏ, ਕਈ ਵਾਰੀ ਦੋ ਦੋ ਆਪਸ਼ਨ ਮੈਚ ਹੋ ਜਾਂਦੇ ਆ। ਦੂਜਾ ਦੇਖੋ ਮੈਂ 6 ਦੇ ਪਹਾੜੇ ਤੇ ਕੈਂਸਲ ਆਊਟ ਕਰੂੰਗਾ, 6 3 18, 6 5 30, 6 7 42, ਦੂਜਾ ਆਪਸ਼ਨ ਵੀ ਮੈਚ ਕਰਾਉਂਦਾ ਵੀ। ਤੀਜਾ ਦੇਖੀਏ, ਤੀਜਾ 7 21, 7 5 35, 7 7 59। ਠੀਕ ਹੈ ਵੀ, ਆ ਤਾਂ 3 5 7 ਦਾ ਰੇਸ਼ੋ ਤਾਂ ਸਾਰੇ ਹੀ ਬਣਾਉਂਦੇ ਆ, 3 5 7 ਦਾ ਰੇਸ਼ੋ ਤਾਂ ਪਹਿਲੇ ਤਿੰਨ ਆਪਸ਼ਨ ਤਾਂ ਬਣਾਉਂਦੇ ਆ, ਚੌਥਾ ਵੀ ਬਣਾਉਂਦਾ, ਸਾਰੇ ਦੇ ਸਾਰੇ 3 5 7 ਦਾ ਰੇਸ਼ੋ ਬਣਾਉਂਦੇ ਆ ਵੀ। ਠੀਕ ਹੈ, ਹੋਰ ਦੇਖਦੇ ਆ ਦੂਜਾ ਕੀ ਪਤਾ ਇਸ ਤਰ੍ਹਾਂ ਚੈੱਕ ਕਰਨ ਨਾਲ ਜੇਕਰ ਇੱਕੋ ਇੱਕ ਆਪਸ਼ਨ ਮਿਲ ਜਾਂਦਾ ਉਹੀ ਆਪਣਾ ਆਂਸਰ ਹੁੰਦਾ, ਬਾਕੀ ਕੁਝ ਕਰਨ ਦੀ ਲੋੜ ਨਹੀਂ। ਟੈਕਨੀਕ ਦੱਸਦਾ ਮੈਂ, ਅਪਰੋਚ ਦੱਸਦਾ ਵੀ ਕਿਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਸੀ। 6 ਸਾਲ ਪਹਿਲਾਂ ਟੋਟਲ ਏਜ 87 ਹੈ, 6 ਸਾਲ ਪਹਿਲਾਂ ਟੋਟਲ ਏਜ 87 ਹੈ, ਤਾਂ 18 ਸਾਲ ਜੋੜ ਦੋਗੇ, ਤਿੰਨਾਂ ਦਾ 6 6 ਸਾਲ ਉਮਰ ਵਧਾਓਗੇ ਤਾਂ 18 ਸਾਲ ਜੋੜੋਗੇ, ਮੌਜੂਦਾ ਉਮਰ ਤਿੰਨਾਂ ਦੀ 105 ਬਣਨੀ ਚਾਹੀਦੀ ਹੈ, ਮੌਜੂਦਾ ਉਮਰ ਤਿੰਨਾਂ ਦੀ 105। ਪਹਿਲਾ ਆਪਸ਼ਨ ਦੇਖੋਗੇ ਤਿੰਨਾਂ ਦੀ ਮੌਜੂਦਾ ਉਮਰ ਜੋੜ ਕੇ ਦੇਖੀਏ ਕੀ 105 ਬਣਦੀ ਆ, ਤਿੰਨਾਂ ਦੀ ਮੌਜੂਦਾ ਉਮਰ 105 ਬਣੋਗੀ। ਯੂਨਿਟ ਡੀਸੀਟੀ ਦੇਖ ਲਓ, ਯੂਨਿਟ ਪਲੇਸ ਤੇ 5 ਬਣਨਾ ਚਾਹੀਦਾ, ਯੂਨਿਟ ਪਲੇਸ ਤੇ 5। ਤਾਂ ਤੁਸੀਂ ਕਹੋਗੇ 6 ਤੇ 4 10, ਨਹੀਂ ਯੂਨਿਟ ਪਲੇਸ 0 ਬਣਦਾ, 8 ਦੇ 2 10, ਯੂਨਿਟ ਪਲੇਸ 0 ਬਣਦਾ, 9 1 10 5 15, ਯੂਨਿਟ ਪਲੇਸ ਇੱਥੇ ਤਾਂ 5 ਬਣਦਾ ਵੀ। ਠੀਕ ਹੈ, 7 3 10, ਇੱਥੇ ਵੀ ਯੂਨਿਟ ਪਲੇਸ 5 ਬਣਦਾ, ਅੱਗੇ ਜੋੜ ਕੇ ਦੇਖਦੇ ਹਾਂ ਯੂਨਿਟ ਪਲੇਸ ਤਾਂ 5 ਸੀ ਤੇ ਡੀ ਦੇ ਵਿੱਚ ਬਣਦਾ। ਠੀਕ ਹੈ, ਅੱਗੇ ਸਾਰਾ ਜੋੜ ਕੇ ਦੇਖੀਏ, ਯੂਨਿਟ ਪਲੇਸ ਡਿਜਿਟ 5, 2 3 5, 4 9 ਤੇ 1 10, ਇਹਨਾਂ ਤਿੰਨਾਂ ਦਾ ਜੋੜ 105 ਬਣਦਾ। ਇੱਧਰ ਜੋੜ ਕੇ ਦੇਖੀਏ, ਜੋੜੋਗੇ 63 63 ਤੇ 27 145, 145 ਬਣਦਾ, ਆ ਵੀ ਗਲਤ ਹੈ। ਸਿਰਫ ਇੱਕੋ ਇੱਕ ਆਪਸ਼ਨ ਹੈ ਜਿਨ੍ਹਾਂ ਵਿੱਚ ਤਿੰਨਾਂ ਦਾ ਜੋੜ 145 ਬਣਦਾ, ਇੱਥੇ ਜੋੜ ਰੇਸ਼ੋ ਨਾਲ ਨਹੀਂ ਜੋੜ ਨਾਲ ਆਂਸਰ ਦੇ ਸਕਦੇ ਹੋ ਤੁਸੀਂ ਵੀ ਤਿੰਨਾਂ ਦੀ ਪ੍ਰੈਜੈਂਟ ਏਜ 105 ਬਣਨੀ ਚਾਹੀਦੀ ਹੈ, ਪ੍ਰੈਜੈਂਟ ਟੋਟਲ ਏਜ 105 ਬਣੂਗੀ, ਰੇਸ਼ੋ ਨਹੀਂ ਬਣਦਾ ਵੀ ਰੇਸ਼ੋ ਤਾਂ ਸਾਰੇ 3 5 7 ਦਾ ਸ਼ੋ ਕਰਾਉਂਦੇ ਆ, ਤਾਂ ਟੋਟਲ ਨਾਲ ਕੰਮ ਚੱਲ ਗਿਆ ਆਪਣਾ। ਸਿਰਫ ਇੱਕੋ ਇੱਕ ਆਪਸ਼ਨ ਹੈ ਜਿਹਦੇ ਕਰਕੇ ਟੋਟਲ ਏ ਬੀ ਸੀ ਦੀ ਵਰਤਮਾਨ ਉਮਰ ਮੌਜੂਦਾ ਉਮਰ ਦਾ ਜੋੜ 105। ਠੀਕ ਹੈ ਵੀ, ਗਿਆ ਦਿਮਾਗ ਚ ਕੁਝ ਨਵਾਂ, ਖੁੱਲਿਆ ਦਿਮਾਗ। ਨੈਕਸਟ ਕੁਐਸਚਨ ਵੀ, ਨੈਕਸਟ ਆਪਣੇ ਕੋਲੇ ਮੈਂਸੂਰੇਸ਼ਨ ਦਾ ਕੁਐਸਚਨ। ਕਹਿੰਦੇ ਗੋਲੇ ਦਾ ਅਰਧ ਵਿਆਸ 3.5 ਹੈ ਤੇ ਗੋਲੇ ਦੀ ਕੁੱਲ ਸਤਹ ਦਾ ਖੇਤਰਫਲ
ਹੁਣ ਗੋਲਾ, ਗੋਲਾ ਮਤਲਬ ਕੀ ਹੋ ਗਿਆ, ਫੁੱਟਬਾਲ ਸ਼ੇਪ ਜਿਹੜੀ ਹੁੰਦੀ ਹੈ, ਫੁੱਟਬਾਲ ਸ਼ੇਪ ਨੂੰ ਗੋਲਾ ਕਿਹਾ ਜਾਂਦਾ ਜਿਹੜਾ ਅੰਦਰੋਂ ਖੋਖਲਾ ਹੁੰਦਾ, ਤੇ ਗੋਲੇ ਦੀ ਕੁੱਲ ਸਤਹ ਦਾ ਖੇਤਰਫਲ ਹੁੰਦਾ 4πr², ਟੋਟਲ ਸਰਫੇਸ ਏਰੀਆ, ਟੋਟਲ ਤੇ ਜਾਂ ਫਿਰ ਕਵਰ ਸਰਫੇਸ ਏਰੀਆ ਦੋਨੋਂ ਸੇਮ ਹੀ ਹੁੰਦੇ ਆ। ਗੋਲੇ ਦੇ ਕੁੱਲ ਸਤਹ ਦਾ ਖੇਤਰਫਲ, ਵਕਰ ਸਤਹ ਦਾ ਖੇਤਰਫਲ ਦੋਨੋਂ ਸੇਮ ਹੀ ਹੁੰਦੇ ਆ। ਇੱਥੇ ਟੋਟਲ ਦੀ ਗੱਲ ਕੀਤੀ ਹੈ, ਚਾਹੇ ਵਕਰ ਸਤਹ ਦੀ ਗੱਲ ਕਰੇ, ਇੱਕੋ ਹੀ ਆਉਂਦੇ। ਕਿੰਨਾ ਹੋਊਗਾ? 4πr². ਠੀਕ ਹੈ, ਦੇਖੋ ਮੈਂਸੂਰੇਸ਼ਨ ਦਾ ਇੱਕ ਕੁਸ਼ਚਨ ਪੱਕਾ ਆਊਗਾ ਹੀ ਆਊਗਾ, ਵੀ ਉਹ ਵੀ ਫੋਰਮੁਲਾ ਬੇਸ, ਦੋ ਨੰਬਰ। ਤਾਂ ਗੋਲੇ ਦੀ ਕੁੱਲ ਸਤਹ ਦਾ ਖੇਤਰਫਲ 4πr², 4π ਮਤਲਬ 2/7, r² r ਅਰਧ ਵਿਆਸ 3.5, ਪੁਆਇੰਟ ਢਾ ਕੇ ਆਪਾਂ ਥੱਲੇ 10 ਲਾ ਦਿੰਦੇ ਹਾਂ। ਠੀਕ ਹੈ ਵੀ 7, 5, 35, 5, 2, 10, 7, 5, 35, 5, 2, 10, 2, 2, 4, 4 ਕੈਂਸਲ ਆਊਟ ਹੋ ਗਿਆ। 22 ਨੂੰ 7 ਨਾਲ ਗੁਣਾ ਕਰੋਗੇ 154, 22 ਨੂੰ 7 ਨਾਲ ਗੁਣਾ ਕੀਤਾ 154 ਸੈਂਟੀਮੀਟਰ ਸਕੁਆਇਰ। ਗੋਲੇ ਦੀ ਕੁੱਲ ਸਤਹ ਦਾ ਖੇਤਰਫਲ ਕਿੰਨਾ ਆਊਗਾ? 154 ਸੈਂਟੀਮੀਟਰ ਸਕੁਆਇਰ ਆਪਣਾ ਆਂਸਰ ਆ ਜਾਊਗਾ ਵੀ। ਠੀਕ ਹੈ, ਓਕੇ। ਨੈਕਸਟ ਸਿੰਪਲ ਜਿਹਾ ਬੋਰਡ ਮਾਸ ਦਾ ਕੁਸ਼ਚਨ, ਮੈਂ ਬਹੁਤ ਵਾਰੀ ਤੁਹਾਨੂੰ ਕਹਿ ਤਾ, ਸਟਾਰਟਿੰਗ ਤੋਂ ਇੱਕੋ ਗੱਲ ਕਹਿਣਾ ਆਇਆ ਵੀ ਬੋਰਡ ਮਾਸ ਦੇ ਦੋ ਕੁਸ਼ਚਨ ਪੱਕੇ ਹੈ, SSC GD ਦੇ ਐਗਜ਼ਾਮ ਦੇ ਵਿੱਚ ਆਉਂਦੇ ਹੀ ਆਉਂਦੇ ਆ। ਤਾਂ ਬੋਰਡ ਮਾਸ ਦਾ ਕੁਸ਼ਚਨ ਹੈ, ਤੇ ਆਹ ਵੀ ਮੈਂ ਲਾਸਟ ਕਲਾਸ ਤੋਂ ਸਮਝਾਉਂਦਾ ਆਇਆ, ਜਦੋਂ ਮਲਟੀਪਲਾਈ ਡਿਵਾਈਡ ਦੇ ਸਾਈਨ ਇਕੱਠੇ ਹੁੰਦੇ ਆ ਤਾਂ ਇਕੱਠਾ ਹੀ ਕਰ ਲਿਆ ਕਰੋ, ਇਹਨੂੰ ਇਕੱਠਾ ਕਰੋਗੇ 226 ਨੂੰ, 226 ਨੂੰ 2 ਨਾਲ ਭਾਗ ਕਰੋਗੇ 113, 226 ਨੂੰ 2 ਨਾਲ ਭਾਗ ਕਰੋਗੇ 113, 113 ਨੂੰ 5 ਨਾਲ ਗੁਣਾ ਕਰੋਗੇ 565, 113 ਨੂੰ 5 ਨਾਲ ਗੁਣਾ ਕਰੋਗੇ 565। ਠੀਕ ਹੈ, ਕਾਹਦਾ ਹੋਊਗਾ? ਮਾਈਨਸ ਦਾ, ਅੱਗੇ ਮਾਈਨਸ ਪਿਆ ਆਪਣੇ ਕੋਲ ਆ ਗਿਆ 443 ਮਾਈਨਸ 565। ਠੀਕ ਹੈ ਵੀ 5 ਦੇ ਵਿੱਚੋਂ 3 ਮਾਈਨਸ ਕਰੋਗੇ 2, ਯੂਨਿਟ ਪਲੇਸ ਤੇ 2 ਆਊਗਾ, ਇੱਕੋ ਇੱਕ ਆਪਸ਼ਨ ਹੈ ਜਿਹਦਾ ਯੂਨਿਟ ਪਲੇਸ 2 ਹੈ। ਠੀਕ ਹੈ, ਇੱਕੋ ਇੱਕ ਆਪਸ਼ਨ ਹੈ ਜਿਹਦਾ ਯੂਨਿਟ ਪਲੇਸ 2 ਹੈ ਵੀ। ਠੀਕ ਹੈ, ਸਾਰਾ ਮਾਈਨਸ ਕਰਨ ਦੀ ਲੋੜ ਹੀ ਨਹੀਂ, ਆਪਣਾ ਆਂਸਰ ਆ ਗਿਆ 122 ਮਾਈਨਸ ਦਾ। ਠੀਕ ਹੈ, ਕਲੀਅਰ ਹੈ? ਹੁਣ ਦੇਖੋ ਇਹਨੂੰ ਸਾਰੇ ਕੁਸ਼ਚਨ ਨੂੰ ਤੁਸੀਂ ਯੂਨਿਟ ਪਲੇਸ ਨਾਲ ਕਰ ਸਕਦੇ ਸੀ, ਥੋੜਾ ਕੈਲਕੂਲੇਸ਼ਨ ਵਧੀਆ, ਤਾਂ ਸਾਰਾ ਕੁਸ਼ਚਨ ਹੀ ਯੂਨਿਟ ਪਲੇਸ ਨਾਲ ਹੋਊਗਾ। ਜਦੋਂ 226 2 ਨਾਲ ਭਾਗ ਹੋਊਗਾ, ਇਕਾਈ ਦੇ ਸਥਾਨ ਤੇ 3 ਆਊਗਾ, ਜਦੋਂ ਆ ਭਾਗ ਕਰੂਗਾ ਇਕਾਈ ਦੇ ਸਥਾਨ ਤੇ 3 ਆਊਗਾ, ਜਦੋਂ ਇਕਾਈ ਦੇ ਸਥਾਨ ਤੇ 3 5 ਨਾਲ ਗੁਣਾ ਹੋ ਕੇ 15, ਇਕਾਈ ਦੇ ਸਥਾਨ ਤੇ 5 ਆਊਗਾ। ਇਹਨਾਂ ਤਿੰਨਾਂ ਪਾਠ ਨੂੰ ਸੋਲਵ ਕਰਕੇ ਇਕਾਈ ਦੇ ਸਥਾਨ ਤੇ 5 ਆਊਗਾ। ਜਦੋਂ 5 ਦੇ ਵਿੱਚੋਂ 3 ਮਾਈਨਸ ਕਰੋਗੇ ਤਾਂ 2 ਪਿੱਛੇ ਰੱਖਣਾ ਹੀ ਰੱਖਣਾ, 5 ਦੇ ਵਿੱਚੋਂ 3 ਮਾਈਨਸ ਕਰੋਗੇ 2 ਹੀ ਆਊਗਾ, 2 ਹੀ ਆਉਣਾ ਵੀ, ਕਿਉਂਕਿ ਜੇਕਰ 413 ਵੱਡਾ ਹੁੰਦਾ ਤਾਂ 13 ਦੇ ਵਿੱਚੋਂ 5 ਮਾਈਨਸ ਕਰਦੇ ਆ ਤਾਂ ਪਿੱਛੇ 8 ਹੁੰਦਾ, 400 ਆ ਜੇਕਰ ਵੱਡਾ ਹੁੰਦਾ ਨੰਬਰ, ਆ ਜੇਕਰ ਵੱਡਾ ਹੋ ਜੇ ਤਾਂ 13 ਦੇ ਵਿੱਚੋਂ 5 ਮਾਈਨਸ ਕਰਕੇ ਯੂਨਿਟ ਪਲੇਸ ਤੇ 8 ਹੁੰਦਾ, 8 ਤਾਂ ਆਪਸ਼ਨ ਚ ਹੈ ਨਹੀਂ, ਤਾਂ ਮਤਲਬ ਆਹ ਵਾਲਾ ਪੋਰਸ਼ਨ ਹੀ ਵੱਡਾ, 5 ਤੋਂ 3 ਮਾਈਨਸ ਹੋ ਕੇ 2 ਹੀ ਆਊਗਾ। ਠੀਕ ਹੈ, ਤਾਂ ਆਂਸਰ ਡੀ ਆਪਸ਼ਨ, ਇਸ ਤਰ੍ਹਾਂ ਵੀ ਕਰ ਸਕਦੇ। ਬਹੁਤ ਕੁਝ ਦੱਸਾਂਗੇ ਜਦੋਂ 2 ਤਰੀਕ ਨੂੰ ਬੈਚ ਸਟਾਰਟ ਹੋਊਗਾ, ਬਹੁਤ ਸਾਰੀਆਂ ਗੱਲਾਂ ਮੈਂ ਡਿਸਕਸ ਕਰੂੰਗਾ ਤੁਹਾਡੇ ਨਾਲ ਵੀ, ਕੁਸ਼ਚਨ ਦੇਖਦੇ ਕਿਵੇਂ ਆਂਸਰ ਆਉਂਦੇ ਆ ਤੁਹਾਡੇ। ਠੀਕ ਹੈ, ਬਹੁਤ ਕੁਝ ਦੱਸਾਂਗੇ, ਇੱਥੇ ਤਾਂ ਹੋਰ ਮੈਂ ਜ਼ਿਆਦਾ ਗੱਲਾਂ ਦੱਸ ਨਹੀਂ ਸਕਦਾ ਕਿਉਂਕਿ ਇੱਕ ਕੁਸ਼ਚਨ ਪਿੱਛੇ ਕਿੰਨਾ ਕੀ ਕੀ ਦੱਸੂਗਾ, ਜਦੋਂ ਚੈਪਟਰ ਪੜਾਂਗੇ ਤਾਂ ਬਹੁਤ ਸਾਰੀਆਂ ਗੱਲਾਂ ਡਿਸਕਸ ਕਰਾਂਗੇ ਆਪਾਂ, ਬਹੁਤ ਡਿਟੇਲ ਦੇ ਵਿੱਚ ਗੱਲਾਂ ਪੜਾਂਗੇ, ਮਤਲਬ 20 ਕੁਸ਼ਚਨ ਮੈਥ ਦੇ ਤੁਹਾਡੇ 10 ਮਿੰਟਾਂ ਚ ਕੰਪਲੀਟ ਕਰਨੇ ਆ। ਠੀਕ ਹੈ, ਕਿਉਂਕਿ ਟਾਈਮ ਹੀ ਇੰਨਾ ਹੀ ਹੈ, ਬਾਕੀ ਵੀ ਪਾਰਟ ਕਰਨਾ ਹੁੰਦਾ।
ਚਲੋ ਨੈਕਸਟ ਅਗਲਾ ਕੁਐਸਚਨ ਪੜੋ, ਟਾਈਮ ਸਪੀਡ ਡਿਸਟੈਂਸ। ਹੁਣ ਆਹ ਕੁਐਸਚਨ ਟਾਈਮ ਸਪੀਡ ਡਿਸਟੈਂਸ ਦਾ ਜਿਹੜਾ ਤੁਹਾਡੇ ਸਾਹਮਣੇ ਆਇਆ, ਇਸ ਕੁਐਸਚਨ ਨੂੰ ਜੇਕਰ ਤੁਸੀਂ ਬਾਏ ਆਪਸ਼ਨ ਕਰਦੇ ਹੋ ਤਾਂ ਬਹੁਤ ਛੇਤੀ ਬਹੁਤ ਈਜ਼ੀ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਮੈਥਡ ਨਾਲ ਇਸ ਕੁਐਸਚਨ ਨੂੰ ਕਰਨ ਬਹਿ ਗਏ ਤਾਂ ਟਾਈਮ ਵੇਸਟ ਕਰ ਲਓਗੇ, ਠੀਕ ਹੈ। ਹੁਣ ਪਹਿਲਾਂ ਮੈਂ ਇਸ ਕੁਐਸਚਨ ਨੂੰ ਆਪਸ਼ਨ ਨਾਲ ਕਰਵਾਊਂਗਾ, ਫਿਰ ਮੈਂ ਤੁਹਾਨੂੰ ਮੈਥਡ ਵੀ ਦੱਸ ਦੂੰਗਾ। ਕੁਐਸਚਨ ਪੜੋ ਪਹਿਲਾਂ, ਕਹਿੰਦਾ ਬੱਸ ਨਿਰਧਾਰਿਤ ਸਮੇਂ ਤੋਂ 60 ਮਿੰਟ ਬਾਅਦ ਰਵਾਨਾ ਹੋਈ। ਮਤਲਬ ਜੇਕਰ ਬੱਸ ਨੂੰ 11 ਵਜੇ ਚੱਲਣਾ ਸੀਗਾ, ਕਿਸੇ ਸਟੇਸ਼ਨ ਤੋਂ 11 ਵਜੇ ਚੱਲਣਾ ਤਾਂ ਉਹ 60 ਮਿੰਟ ਬਾਅਦ ਚੱਲਦੀ ਹੈ, ਮਤਲਬ 12 ਵਜੇ ਚੱਲੀ ਹੈ, 60 ਮਿੰਟ ਮਤਲਬ ਇੱਕ ਘੰਟਾ ਲੇਟ ਚੱਲੀ ਹੈ, ਠੀਕ ਹੈ। ਨਿਰਧਾਰਿਤ ਸਮੇਂ ਤੋਂ 60 ਮਿੰਟ ਬਾਅਦ ਚੱਲਣਾ ਮਤਲਬ ਘੰਟਾ ਲੇਟ ਚੱਲਣਾ, 11 ਵਜੇ ਚੱਲਣ ਦਾ ਟਾਈਮ ਸੀ ਉਹ 12 ਵਜੇ ਚੱਲੀ ਹੈ, ਪਰ ਸਮੇਂ ਤੇ 300 ਕਿਲੋਮੀਟਰ ਦੂਰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਇਸ ਨੂੰ ਆਪਣੀ ਆਮ ਰਫਤਾਰ 10 ਕਿਲੋਮੀਟਰ ਪ੍ਰਤੀ ਘੰਟਾ ਵਧਾਉਣੀ ਪੈਂਦੀ ਹੈ। ਹੁਣ ਬੱਸ ਅੱਡੇ ਤੋਂ ਜਿਹੜੀ ਬੱਸ ਚੱਲੀ ਹੈ ਉਹ 1 ਘੰਟਾ ਲੇਟ ਚੱਲੀ ਹੈ, ਠੀਕ ਹੈ, ਬਟ ਉਹ ਕੀ ਕਰਦੀ ਹੈ, ਦੂਜਾ ਜਿਹੜਾ ਅੱਡਾ ਫਾਈਨਲ ਡੈਸਟੀਨੇਸ਼ਨ ਜਿੱਥੇ ਉਹਨੇ ਪਹੁੰਚਣਾ ਸੀਗਾ ਉੱਥੇ ਟਾਈਮ ਤੇ ਪਹੁੰਚ ਗਈ। ਕਿਵੇਂ ਟਾਈਮ ਤੇ ਪਹੁੰਚ ਗਈ? ਜਦੋਂ ਉਹਨੇ ਆਪਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟਾ ਵਧਾਤੀ। ਸਪੀਡ 10 ਕਿਲੋਮੀਟਰ ਪ੍ਰਤੀ ਘੰਟਾ ਵਧਾਉਣ ਦੇ ਕਾਰਨ ਅੱਗੇ ਜਿਹੜਾ ਫਾਈਨਲ ਜਿੱਥੇ ਪਹੁੰਚਣਾ ਸੀ ਉੱਥੇ ਟਾਈਮ ਤੇ ਪਹੁੰਚ ਗਈ, ਠੀਕ ਹੈ। ਬੱਸ ਦੀ ਆਮ ਗਤੀ ਕਿੰਨੀ ਹੈ, ਮਤਲਬ ਓਰੀਜਨਲ ਸਪੀਡ ਕਿੰਨੀ ਹੈ, ਵਾਸਤਵਿਕ ਸਪੀਡ ਕਿੰਨੀ ਹੈ, ਤਾਂ ਆਪਸ਼ਨ ਨਾਲ ਕਰ ਸਕਦੇ ਹੋ ਤੁਸੀਂ। ਦੇਖੋ ਟਾਈਮ ਡਿਫਰੈਂਸ ਕਿੰਨਾ ਹੈ ਸਵਾਲ ਦੇ ਵਿੱਚ, 60 ਮਿੰਟ। ਲੇਟ ਕਿੰਨਾ, ਚੇਂਜ ਕਿੰਨਾ ਆਇਆ, 60 ਮਿੰਟ ਦਾ ਚੇਂਜ ਆਇਆ ਕਿ ਨਹੀਂ ਆਇਆ, 60 ਮਿੰਟ ਦਾ ਚੇਂਜ ਹੈ, ਤਾਂ ਆਹੀ ਆਪਾਂ ਚੇਂਜ ਲੱਭ ਲੈਂਦੇ ਹਾਂ ਆਪਸ਼ਨ ਤੋਂ। ਜੇ ਮੈਂ ਪਹਿਲਾਂ ਆਪਸ਼ਨ ਚੱਕਦਾ 300 ਕਿਲੋਮੀਟਰ, ਟਾਈਮ ਕੀ ਹੁੰਦਾ, ਡਿਸਟੈਂਸ ਅਪੋਨ ਸਪੀਡ। 300 ਕਿਲੋਮੀਟਰ 50 ਦੀ ਸਪੀਡ ਨਾਲ ਜਾਊਗੀ ਤਾਂ 6 ਘੰਟੇ ਦੇ ਵਿੱਚ ਜਰਨੀ ਕਵਰ ਹੁੰਦੀ ਹੈ। ਨਾਰਮਲੀ ਉਹਦੀ ਆਰਾਮ ਬਿਲਕੁਲ ਆਰਾਮ ਨਾਲ ਜਾਂਦੀ ਹੈ, ਨਾਰਮਲ ਸਪੀਡ ਨਾਲ ਜਾਂਦੀ ਹੈ, ਵਾਸਤਵਿਕ ਗਤੀ ਨਾਲ ਜਾਂਦੀ ਹੈ, ਤਾਂ 6 ਘੰਟੇ ਚ ਦੂਰੀ ਕਵਰ ਕਰ ਦੂਗੀ। ਜਦੋਂ ਆਪਦੀ ਸਪੀਡ 10 ਵਧਾਤੀ, ਕਿੰਨੀ ਕਰਤੀ, 50 ਸੀ ਆਪਸ਼ਨ ਤੋਂ 10 ਵਧਾਤੀ 60 ਹੋ ਗਈ, ਤਾਂ ਕਿੰਨਾ ਟਾਈਮ ਲੱਗਦਾ, 5 ਘੰਟੇ ਲੱਗਦੇ। ਜਦੋਂ ਆਪਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟਾ ਵਧਾਉਣੀ ਹੈ ਤਾਂ 50 ਦੀ ਥਾਂ ਸਪੀਡ ਕਿੰਨੀ ਕਰਤੀ, 10, ਹੁਣ ਕਿੰਨਾ ਟਾਈਮ ਲੱਗਦਾ, 5 ਘੰਟੇ ਲੱਗਦੇ ਉਸੇ ਦੂਰੀ ਨੂੰ ਪਾਰ ਕਰਨ ਵਾਸਤੇ, ਤਾਂ 6 ਘੰਟੇ ਦੀ ਥਾਂ ਹੁਣ ਕਿੰਨੇ ਘੰਟੇ ਲੱਗਦੇ, 5 ਘੰਟੇ। 1 ਘੰਟਾ ਬਚਾ ਲਿਆ ਕਿ ਨਹੀਂ ਬਚਾ ਲਿਆ, 60 ਮਿੰਟ 1 ਘੰਟਾ ਬਚਾ ਲਿਆ ਕਿ ਨਹੀਂ ਬਚਾ ਲਿਆ ਉਹਨੇ। 10 ਕਿਲੋਮੀਟਰ ਪ੍ਰਤੀ ਘੰਟਾ ਦੂਰੀ ਸਪੀਡ ਵਧਾਉਣ ਤੇ, 10 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਵਧਾਉਣ ਤੇ 60 ਮਿੰਟ ਬਚਾ ਲਏ ਕਿ ਨਹੀਂ ਬਚਾ ਲਏ, ਤਾਂ ਆਹੀ ਆਪਣਾ ਆਂਸਰ ਹੈ, ਕਿਉਂਕਿ ਉਹਨੇ 60 ਮਿੰਟ ਹੀ ਬਚਾਉਣੇ ਆ, ਠੀਕ ਹੈ। ਕਿਉਂਕਿ ਜਿਹੜਾ 1 ਘੰਟਾ ਲੇਟ ਚੱਲਦੀ ਆ ਉਹੀ ਬਚਾਉਣਾ ਉਹਨੇ, ਤਾਂ 1 ਘੰਟਾ ਉਹਨੇ ਬਚਾ ਲਿਆ ਰਾਹ ਚ, ਸਪੀਡ ਵਧਾ ਕੇ 1 ਘੰਟਾ ਆਪਦਾ ਬਚਾ ਲਿਆ, ਆਹੀ ਤਾਂ ਆਂਸਰ ਹੈ, ਠੀਕ ਹੈ, ਆਇਆ ਸਮਝ। ਤਾਂ ਆਹ ਆਪਸ਼ਨ ਨਾਲ ਬਹੁਤ ਆਸਾਨੀ ਨਾਲ ਤੁਸੀਂ ਇਸ ਕੁਐਸਚਨ ਨੂੰ ਕਰ ਸਕਦੇ ਹੋ। ਮੈਥਡ ਨਾਲ ਕਰੋਗੇ, ਇੱਕ ਕੁਆਡਰੈਟਿਕ ਇਕੁਏਸ਼ਨ ਬਣੂਗੀ, ਦੋ ਘਾਤੀ ਸਮੀਕਰਨ ਬਣ ਜੂਗੀ, ਜਿਹਦੇ ਕਰਕੇ ਕੁਐਸਚਨ ਲੈਂਥੀ ਹੋ ਜਾਂਦਾ, ਠੀਕ ਹੈ। ਟਾਈਮ ਡਿਫਰੈਂਸ ਕਿੰਨਾ, 60 ਮਿੰਟ। 60 ਮਿੰਟ ਦਾ ਮਤਲਬ ਹੁੰਦਾ 1 ਘੰਟਾ। ਟਾਈਮ ਹੁੰਦਾ ਡਿਸਟੈਂਸ ਅਪੋਨ ਸਪੀਡ। ਪਹਿਲਾਂ ਸਪੀਡ ਆਪਾਂ ਲਿਖ ਲੈਂਦੇ ਹਾਂ ਐਸ, ਮਾਈਨਸ ਟਾਈਮ ਡਿਫਰੈਂਸ ਦੀ ਗੱਲ ਹੋਈ ਹੈ, 300 ਡਿਸਟੈਂਸ ਅਪੋਨ ਸਪੀਡ। ਸਪੀਡ ਕਿੰਨੀ ਹੈ, ਐਸ ਪਲੱਸ 10, ਐਸ ਪਲੱਸ 10। ਆਹ ਇਕੁਏਸ਼ਨ ਬਣਾ ਕੇ ਹੋਊਗਾ ਦੂਜਾ ਤਰੀਕਾ, ਆਪਸ਼ਨ ਹੀ ਬੈਸਟ ਤਰੀਕਾ ਇਹਦਾ, ਠੀਕ ਹੈ। ਹੁਣ ਤੁਸੀਂ ਉੱਪਰੋਂ 300 ਸਾਂਝਾ ਬਾਹਰ ਕੱਢ ਲਓਗੇ ਤਾਂ 1 ਬਟਾ 300 ਗੁਣਾ ਦੇ ਵਿੱਚ ਇੱਥੇ ਆ ਕੇ ਡਿਵਾਈਡ ਦੇ ਵਿੱਚ ਆ ਜਾਊਗਾ, ਇੱਧਰ ਰਹਿ ਗਿਆ 1 ਬਟਾ ਐਸ ਮਾਈਨਸ 1 ਬਟਾ ਐਸ ਪਲੱਸ 10। ਤਿਰਛੀ ਗੁਣਾ ਕਰੋਗੇ ਤਾਂ ਐਸ ਪਲੱਸ 10 ਮਾਈਨਸ ਐਸ ਬਟਾ
ਐਸ ਸਕੁਆਇਰ, ਦਸ ਨੂੰ ਐਸ ਨਾਲ ਗੁਣਾ ਕਰੋਗੇ ਦਸ ਐਸ, ਇੱਕ ਬਟਾ 300 ਪਲੱਸ ਮਾਈਨਸ ਕੈਂਸਲ ਆਊਟ ਹੋ ਗਿਆ, ਤਿਰਛੀ ਗੁਣਾ ਕਰੋਗੇ ਐਸ ਸਕੁਆਇਰ ਪਲੱਸ ਦਸ ਐਸ ਨੂੰ ਇੱਕ ਨਾਲ ਗੁਣਾ ਕਰੋਗੇ ਐਸ ਸਕੁਆਇਰ ਪਲੱਸ ਦਸ ਐਸ, 300 ਇੱਧਰ 10 ਨਾਲ ਗੁਣਾ ਹੋਊਗਾ 3000, 3000 ਸਾਈਡ ਚੇਂਜ ਕਰੋਗੇ ਮਾਈਨਸ ਦਾ ਹੋ ਜਾਊਗਾ, ਆਪਣੇ ਕੋਲ ਕੁਆਡ੍ਰੈਟਿਕ ਇਕੁਏਸ਼ਨ ਆ ਗਈ ਐਸ ਸਕੁਆਇਰ ਪਲੱਸ 10 ਐਸ ਮਾਈਨਸ 3000 ਕਿੰਨੇ ਦੇ ਬਰਾਬਰ ਹੋ ਗਿਆ 0। ਹੁਣ ਆ ਦੋ ਘਾਤ ਸਮੀਕਰਨ ਕੀ ਕਹਿਣਾ ਚਾਹੁੰਦੀ ਹੈ ਵੀ ਜੇਕਰ ਕਿਸੇ ਦੋ ਸੰਖਿਆ ਨੂੰ ਗੁਣਾ ਕੀਤਾ ਜਾਂਦਾ ਹੈ, ਜੇਕਰ ਕਿਸੇ ਦੋ ਸੰਖਿਆ ਨੂੰ ਗੁਣਾ ਕੀਤਾ ਜਾਂਦਾ ਤਾਂ ਮਾਈਨਸ ਦਾ 3000 ਆਵੇ, ਜੇ ਪਲੱਸ ਜਾਂ ਮਾਈਨਸ ਕਰੀਏ ਤਾਂ ਪਲੱਸ ਦਾ 10 ਆਵੇ। ਇਹੋ ਜਿਹੀ ਕਿਹੜੀ ਦੋ ਸੰਖਿਆ ਜਿਨ੍ਹਾਂ ਨੂੰ ਗੁਣਾ ਕਰਨ ਤੇ ਮਾਈਨਸ ਦਾ 3000 ਆਵੇ, ਪਲੱਸ ਮਾਈਨਸ ਕਰਨ ਤੇ ਪਲੱਸ ਦਾ 10 ਆਵੇ? ਤਾਂ ਤੁਸੀਂ ਕਹੋਗੇ 50 ਤੇ 60, 50 ਤੇ 60, ਠੀਕ ਹੈ, 60 ਤੇ ਮਾਈਨਸ 50, 60 ਤੇ ਮਾਈਨਸ 50 ਨੂੰ ਗੁਣਾ ਕਰੋਗੇ ਮਾਈਨਸ ਦਾ 3000, ਦੋਨਾਂ ਨੂੰ ਜੋੜੋਗੇ ਪਲੱਸ ਦਾ 10। ਹੁਣ ਜਿਹੜੇ ਸਾਈਨ ਆਪਾਂ ਨੂੰ ਮਿਲਦੇ ਸਾਈਨ ਬਦਲ ਦੋ, ਉਹੀ ਆਂਸਰ ਹੁੰਦੇ, ਸਾਈਨ ਬਦਲੋਗੇ ਮਾਈਨਸ 60 ਪਲੱਸ 50। ਸਪੀਡ ਕਦੇ ਮਾਈਨਸ ਚ ਨਹੀਂ ਹੁੰਦੀ, ਤਾਂ 60 ਕੈਂਸਲ ਹੋ ਗਿਆ ਤਾਂ ਵਾਸਤਵਿਕ ਸਪੀਡ ਕਿੰਨੀ ਹੈ? 50 ਕਿਲੋਮੀਟਰ ਪ੍ਰਤੀ ਘੰਟਾ, ਠੀਕ ਹੈ। ਬਟ ਮੈਂ ਤਾਂ ਆਪ ਕਹੂੰਗਾ ਵੀ ਮਨਾ ਹੈ, ਤੁਹਾਨੂੰ ਇਸ ਤਰ੍ਹਾਂ ਕਰੋਗੇ ਤਾਂ ਪਾਪ ਲੱਗੂਗਾ, ਠੀਕ ਹੈ, ਕਿਉਂਕਿ ਸਿੰਪਲ ਬੈਸਟ ਅਪਰੋਚ ਕੀ ਹੈ? ਆਪਸ਼ਨ। ਹੁਣ ਤੁਸੀਂ ਕਹੋਗੇ ਇੰਨਾ ਵੱਡਾ ਕੁਐਸਚਨ, ਤਾਂ ਭਰਾਵਾ ਉਹ ਸਿੱਖਣਾ ਪਊਗਾ ਤੁਹਾਨੂੰ ਕੁਐਸਚਨ ਪੜ੍ਹ ਕੇ ਵੀ। ਐਗਜ਼ਾਮੀਨਰ ਨੇ ਕੁਐਸਚਨ ਦਾ, ਜਿਹੜਾ ਬੱਚਾ ਮੈਥਡ ਵਾਲੇ ਪਾਸੇ ਗਿਆ ਉਹ ਤਾਂ ਫਸ ਗਿਆ, ਪਰ ਜਿਹੜੇ ਬੱਚੇ ਨੂੰ ਆਪਸ਼ਨ ਵਾਲੀ ਅਪਰੋਚ ਦਿਮਾਗ 'ਚ ਆ ਗਈ ਉਹ ਸਵਾਲ ਕਰ ਦੂਗਾ ਸੈਕਿੰਡਾਂ 'ਚ। ਆਇਆ ਸਮਝ? ਹੁਣ ਸੈਕਿੰਡਾਂ 'ਚ ਕਿਵੇਂ ਹੋਊਗਾ? ਇੰਨਾ ਈਜ਼ੀ ਤਾਂ ਕੁਐਸਚਨ ਹੈ, ਇੰਨਾ ਕਰਨਾ ਹੀ ਨਹੀਂ ਸੀ, ਆਪਸ਼ਨ ਹੀ ਬੈਸਟ ਤਰੀਕਾ ਹੈ, ਕਲੀਅਰ ਹੈ? ਤਾਂ ਆਪਸ਼ਨ ਹੀ ਨਾਲ ਹੀ ਇਹ ਸਵਾਲ ਹੁੰਦੇ ਆ, ਉਹ ਪ੍ਰੈਕਟਿਸ ਨਾਲ ਆਊਗਾ ਆਪਾਂ ਨੂੰ, ਉਹ 2 ਤਰੀਕ ਨੂੰ ਜਦੋਂ ਨਵਾਂ ਬੈਚ ਸਟਾਰਟ ਹੋਊਗਾ ਉਦੋਂ ਪਤਾ ਲੱਗੂਗਾ। ਕਰੋ ਅਗਲਾ ਕੁਐਸਚਨ ਟਾਈਮ ਐਂਡ ਵਰਕ ਦਾ। ਕਹਿੰਦਾ ਐਕਸ 1 ਐਕਸ 2 ਐਕਸ 3 90, 45, 67.5 ਦਿਨਾਂ ਦੇ ਵਿੱਚ ਕੰਮ ਪੂਰਾ ਕਰ ਸਕਦੇ ਹਨ, ਤਾਂ ਇਥੋਂ ਟੋਟਲ ਵਰਕ ਕਿੰਨਾ ਆ ਜਾਊਗਾ ਵੀ 90, 45, 67.5, ਤਾਂ ਟੋਟਲ ਵਰਕ ਕਿੰਨਾ ਆ ਗਿਆ 90। ਐਕਸ 1 90 ਦਿਨਾਂ ਚ ਕੰਮ ਪੂਰਾ ਕਰਦਾ, ਐਕਸ 2 45 ਦਿਨਾਂ ਚ ਕੰਮ ਪੂਰਾ ਕਰਦਾ, ਐਕਸ 3 67.5, ਟੋਟਲ ਵਰਕ ਕਿੰਨਾ ਆ ਗਿਆ ਆਪਣੇ ਕੋਲੇ 90। ਐਕਸ 1 ਦਿਨ ਚ ਕਿੰਨਾ ਕੰਮ ਕਰੂਗਾ 1, ਐਕਸ ਦੀ ਐਫੀਸ਼ੀਐਂਸੀ 1, 45 × 2 90, ਐਕਸ 2 ਦੀ ਐਫੀਸ਼ੀਐਂਸੀ 90, ਐਕਸ 3 ਦੀ ਐਫੀਸ਼ੀਐਂਸੀ ਕਿੰਨੀ ਆਊਗੀ 4/3, ਐਕਸ 3 ਦੀ ਐਫੀਸ਼ੀਐਂਸੀ ਕਿੰਨੀ ਆ ਗਈ 4/3। ਹੁਣ ਕਿਵੇਂ ਆਈ ਉਹ ਵੀ ਦੇਖ ਲਓ, ਬਾਕੀ ਜਿਨ੍ਹਾਂ ਨੇ ਪੜ੍ਹ ਰੱਖਿਆ ਉਹਦਾ ਪਤਾ ਹੀ ਹੋਊਗਾ। ਐਫੀਸ਼ੀਐਂਸੀ ਕੀ ਹੁੰਦੀ ਹੈ? ਕੰਮ ਬਟਾ ਸਮਾਂ, ਕੰਮ ਬਟਾ ਸਮਾਂ। ਕੰਮ ਕਿੰਨਾ ਹੈ 90, ਸਮਾਂ ਕਿੰਨਾ 67.5, ਪੁਆਇੰਟ ਢਾ ਕੇ ਉੱਪਰ 10 ਲਾ ਦਿੰਦਾ ਮੈਂ, ਕੰਮ ਬਟਾ ਸਮਾਂ, ਠੀਕ ਹੈ। ਆ ਐਕਸ 3 ਤੇ ਕੰਮ ਕਰੀ ਜਾਂਦਾ, ਕੰਮ ਬਟਾ ਸਮਾਂ, ਠੀਕ ਹੈ। 25 ਦੇ ਪਹਾੜੇ ਤੇ ਕੈਂਸਲ ਆਊਟ ਕਰੋਗੇ, 25 ਦੇ ਪਹਾੜੇ ਤੇ ਕੈਂਸਲ ਆਊਟ ਕਰਨ ਤੇ ਕਿੰਨੇ ਤੇ ਚਲਾ ਗਿਆ ਆਪਣੇ ਕੋਲੇ ਆ 27 ਤੇ, ਇਹਨੂੰ ਕੈਂਸਲ ਆਊਟ ਕਰੋਗੇ 900, ਆ 36 ਤੇ ਚਲਾ ਗਿਆ। 9 ਦੇ ਪਹਾੜੇ ਤੇ ਕੈਂਸਲ ਆਊਟ ਕਰੋਗੇ 4/3, 4/3, ਆਇਆ ਸਮਝ, ਕਲੀਅਰ? ਤਾਂ ਆਪਣੇ ਕੋਲੇ ਆ ਗਈ ਐਕਸ 3 ਦੀ ਐਫੀਸ਼ੀਐਂਸੀ ਹੈ 4/3।
ਠੀਕ ਹੈ ਚਲੋ ਹੁਣ ਅੱਗੇ ਕੀ ਕਹਿੰਦਾ ਕਹਿੰਦਾ ਉਹਨਾਂ ਤਿੰਨਾਂ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਪਰ ਐਕਸ 2 ਨੇ ਕੰਮ ਪੂਰਾ ਹੋਣ ਤੋਂ 13.5 ਦਿਨ ਪਹਿਲਾਂ ਕੰਮ ਛੱਡਤਾ ਠੀਕ ਹੈ ਤਿੰਨਾਂ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਸ਼ੁਰੂਆਤ ਕੀਤੀ ਹੈ ਐਕਸ 1 ਪਲੱਸ ਐਕਸ 2 ਪਲੱਸ ਐਕਸ 3 ਤਿੰਨਾਂ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਬਟ ਐਕਸ 2 ਕੰਮ ਪੂਰਾ ਹੋਣ ਤੋਂ 13.5 ਦਿਨ ਪਹਿਲਾਂ ਕੰਮ ਛੱਡ ਕੇ ਚਲਾ ਗਿਆ ਮਤਲਬ ਅਖੀਰਲੇ 13.5 ਸਾਢੇ 13 ਦਿਨ ਐਕਸ 2 ਕੰਮ ਨਹੀਂ ਕਰਦਾ ਅਖੀਰਲੇ ਸਾਢੇ 13 ਦਿਨ ਐਕਸ 2 ਕੰਮ ਨਹੀਂ ਕਰਦਾ ਕੰਮ ਕਰਦੇ ਆ ਐਕਸ 1 ਪਲੱਸ ਐਕਸ 3 ਸਾਢੇ 13 ਦਾ ਮਤਲਬ ਹੁੰਦਾ 27/2 ਦਿਨ 27/2 ਦਿਨ ਕੰਮ ਕੀਤਾ ਐਕਸ 1 ਪਲੱਸ ਐਕਸ 3 ਐਕਸ 1 ਪਲੱਸ ਐਕਸ 3 ਇੱਕ ਦਿਨ ਚ ਮਿਲ ਕੇ ਕਿੰਨਾ ਕੰਮ ਕਰਦੇ ਆ 1+4/3 1+4/3 ਹੁੰਦਾ 7/3 1+4/3 7/3 ਕੰਮ ਹੁੰਦਾ ਤਾਂ 27/2 ਦਿਨਾਂ ਚ ਕਿੰਨਾ ਹੋਊਗਾ 7/3 ਨਾਲ ਗੁਣਾ ਕਰ ਦੋ 3 9 9 7 63 63/2 63/2 ਦਾ ਮਤਲਬ ਹੋ ਗਿਆ 31.5 ਠੀਕ ਹੈ ਤਾਂ ਅਖੀਰਲੇ ਸਾਢੇ 13 ਦਿਨਾਂ ਦੇ ਵਿੱਚ 13.5 ਦਿਨਾਂ ਦੇ ਵਿੱਚ 27/2 ਦਿਨਾਂ ਦੇ ਵਿੱਚ ਕੰਮ ਕਿੰਨਾ ਹੋ ਗਿਆ 31.5 ਕੰਮ ਕਿੰਨਾ ਸੀ 90 90 ਦੇ ਵਿੱਚੋਂ 31.5 ਕੰਮ ਹੋ ਗਿਆ 90 ਦੇ ਵਿੱਚੋਂ 31.5 ਤਾਂ ਕੰਮ ਹੋ ਗਿਆ ਰਹਿ ਕਿੰਨਾ ਗਿਆ 58.5 ਰਹਿ ਗਿਆ ਆ ਜਿਹੜਾ 58.5 ਹੈ ਆ ਐਕਸ 1 ਐਕਸ 2 ਐਕਸ 3 ਤਿੰਨਾਂ ਨੇ ਮਿਲ ਕੇ ਕਰਨਾ ਹੈ ਤਾਂ 1 ਤੇ 2 3 3+4/3 13/3 1+2+4/3 ਕਿੰਨਾ ਹੋ ਗਿਆ 13/3 ਤਾਂ 13/3 ਦੀ ਸ਼ਮਤਾ ਨਾਲ ਕਿੰਨੇ ਦਿਨ ਲੱਗਦੇ ਆ ਤਾਂ ਡਿਵਾਈਡ ਕਰ ਦੋ 13/3 ਆਊਗਾ ਉੱਪਰ ਚਲਾ ਜਾਏਗਾ ਠੀਕ ਹੈ ਵੀ ਪੁਆਇੰਟ ਢਾ ਕੇ 10 ਲਾ ਲਓ ਹੋਰ ਤਾਂ ਕੀ ਕਰ ਸਕਦੇ 13 ਦੇ ਪਹਾੜੇ ਤੇ ਕੈਂਸਲ ਆਊਟ ਕਰੋਗੇ 13/4 52 13/5 65 45 13 ਤੇ ਕੈਂਸਲ 9/5 45 ਆ 2 ਤੇ ਗਿਆ ਠੀਕ ਹੈ ਵੀ ਤਾਂ 9 ਤੇ 27 27/2 ਸਟਾਰਟਿੰਗ ਵਾਲਾ ਕੰਮ ਕਿੰਨੇ ਦਿਨਾਂ ਚ ਹੋ ਗਿਆ 27/2 ਮਤਲਬ 13.5 ਦਿਨ ਸਾਢੇ 13 ਦਿਨ ਸ਼ੁਰੂ ਚ ਲੱਗੇ 13.5 ਦਿਨ ਅਖੀਰ ਚ ਲੱਗੇ 13.5 13 ਜੋੜੋਗੇ ਤਾਂ 27 ਦਿਨਾਂ ਚ ਕੰਮ ਪੂਰਾ ਹੋ ਗਿਆ ਵੀ ਠੀਕ ਹੈ 27 ਦਿਨਾਂ ਦੇ ਵਿੱਚ ਕੰਮ ਪੂਰਾ ਹੋ ਜਾਂਦਾ ਹੈ ਕਲੀਅਰ ਹੈ ਸ਼ੁਰੂ ਦੇ ਵਿੱਚ ਵੀ 13.5 ਦਿਨਾਂ ਦਾ ਕੰਮ ਹੈ ਅਖੀਰ ਦੇ ਵਿੱਚ ਵੀ 13.5 ਦਿਨ ਲੱਗਦੇ ਤਾਂ ਪੂਰਾ ਕੰਮ ਹੋ ਗਿਆ 27 ਦਿਨਾਂ ਚ ਸਾਰਾ ਕੰਮ ਹੋ ਜਾਂਦਾ ਥੋੜੀ ਜਿਹੀ ਕੈਲਕੂਲੇਸ਼ਨ ਇੱਥੇ ਚਾਹੀਦੀ ਹੈ ਵੀ ਠੀਕ ਹੈ ਥੋੜੀ ਜਿਹੀ ਕੈਲਕੂਲੇਸ਼ਨ ਚਾਹੀਦੀ ਹੈ ਵੀ ਤੁਹਾਨੂੰ 1+4/3 ਇਸ ਤਰ੍ਹਾਂ ਨਾ ਲਿਖਣਾ ਪਵੇ 1+4/3 ਵੀ ਆ 7/3 ਹੁੰਦਾ ਆ ਮਾਈਂਡ ਕੈਲਕੂਲੇਸ਼ਨ ਹੋਣੀ ਚਾਹੀਦੀ ਹੈ ਵੀ 1+2+4/3 13/3 ਆਹ ਚੀਜ਼ਾਂ ਦਿਮਾਗ ਚ ਹੋਣੀ ਚਾਹੀਦੀ ਬਾਕੀ ਤੁਸੀਂ ਪ੍ਰੈਕਟਿਸ ਕਰੋਗੇ ਕਲਾਸ ਚ ਆਓਗੇ ਸਭ ਪਤਾ ਲੱਗ ਜਾਊਗਾ ਠੀਕ ਹੈ ਵੀ ਕਰੀਏ ਅੱਗੇ ਚਲੋ ਨੈਕਸਟ ਕੁਐਸਚਨ ਆਪਣੇ ਕੋਲੇ ਡਿਸਕਾਊਂਟ ਦਾ ਕੁਐਸਚਨ ਸੇਮ ਇਹੋ ਜਿਹਾ ਕੁਐਸਚਨ ਥਰਡ ਸ਼ਿਫਟ ਦੇ ਵਿੱਚ ਵੀ ਆਇਆ ਤੇ ਹੁਣ ਕਰੋ ਇਸ ਕੁਐਸਚਨ ਨੂੰ ਤੁਸੀਂ ਕਹਿੰਦਾ ਇੱਕ ਲੇਖ ਦੀ ਚੈਨਿਤ ਕੀਮਤ ਅੱਛਾ ਅੱਗੇ ਪਿੱਛੇ ਹੋ ਗਿਆ ਵੀ ਪੰਜਾਬੀ ਇੱਥੇ ਆਊਗਾ 11,800 ਰੁਪਏ ਇੱਥੇ ਆਉਣੇ ਚਾਹੀਦੇ ਸੀ 11,800 ਰੁਪਏ ਹੈ ਇਸਦੀ ਵਿਕਰੀ ਕੀਮਤ 1,788 ਰੁਪਏ ਆ ਇੱਥੇ ਆਊਗਾ
ਤੇ ਛੂਟ ਪ੍ਰਤੀਸ਼ਤ ਕਿੰਨਾ, ਠੀਕ ਹੈ, ਡਿਸਕਾਊਂਟ ਪਰਸੈਂਟੇਜ ਪੁੱਛਿਆ, ਐਮ ਆਰ ਪੀ ਦੇ ਰੱਖਿਆ ਆਪਾਂ ਨੂੰ ਆਰ ਐਮ ਆਰ ਪੀ ਦੇ ਤਾਂ ਆਪਣਾ ਸੈਲਿੰਗ ਪ੍ਰਾਈਸ ਹੈ, ਵੇਚ ਮੁੱਲ ਅੱਗੇ ਪਿੱਛੇ ਹੋ ਗਏ ਥੋੜੇ ਜਿਹੇ, ਤਾਂ ਆਪਾਂ ਨੂੰ ਡਿਸਕਾਊਂਟ ਪਰਸੈਂਟੇਜ ਪੁੱਛਿਆ ਗਿਆ। ਥਰਡ ਸ਼ਿਫਟ ਚ ਸੇਮ ਡਾਟਾ ਬਦਲ ਕੇ ਕੁਐਸਚਨ ਆਇਆ ਤੇ ਤੁਹਾਨੂੰ ਦੱਸਿਆ ਸੀ ਐਮ ਆਰ ਪੀ ਦੇ ਵਿੱਚੋਂ ਸੈਲਿੰਗ ਪ੍ਰਾਈਸ ਮਾਈਨਸ ਕਰ ਦੋਗੇ ਤਾਂ ਤੁਹਾਡੇ ਕੋਲੇ ਡਿਸਕਾਊਂਟ ਆ ਜਾਊਗਾ, ਤਾਂ 11,800 ਦੇ ਵਿੱਚੋਂ 1788 ਮਾਈਨਸ ਕਰ ਦੋ, 11,800 ਮਾਈਨਸ 1788 ਡਿਸਕਾਊਂਟ ਕਿੰਨੇ ਦਾ, 4,012 ਦਾ। ਐਮ ਆਰ ਪੀ ਮਾਈਨਸ ਸੈਲਿੰਗ ਪ੍ਰਾਈਸ ਕੀ ਹੁੰਦਾ, ਡਿਸਕਾਊਂਟ, ਠੀਕ ਹੈ ਵੀ ਆਹ ਡਿਸਕਾਊਂਟ ਆ ਗਿਆ। ਡਿਸਕਾਊਂਟ ਪਰਸੈਂਟ ਚਾਹੀਦਾ, ਡਿਸਕਾਊਂਟ ਪਰਸੈਂਟ ਕੀ ਹੁੰਦਾ, ਡਿਸਕਾਊਂਟ ਇਨ ਰੁਪੀਸ, ਕਿੰਨੇ ਰੁਪਏ ਦਾ, 1,012 ਦਾ। ਡਿਸਕਾਊਂਟ ਮਿਲਦਾ ਕਿਹਦੇ ਉੱਪਰ ਹੈ, ਐਮ ਆਰ ਪੀ ਦੇ ਉੱਪਰ, 11,800 ਗੁਣਾ 100, ਠੀਕ ਹੈ, ਜੀਰੋ ਨਾਲ ਜੀਰੋ ਕੈਂਸਲ ਆਊਟ ਹੋ ਗਈ। ਹੁਣ ਅੱਗੇ ਡਿਵਾਈਡ ਕਰਕੇ ਟਾਈਮ ਖਰਾਬ ਨਾ ਕਰਿਆ ਜੇ, ਕਿਉਂਕਿ ਇੱਥੇ 8 ਹੈ ਤੇ ਆਹ 4 ਹੈ, 8 ਗੁਣਾ 4 32 ਬਣਦਾ ਕਿ ਨਹੀਂ ਬਣਦਾ, 8 ਦੇ ਪਹਾੜੇ ਦੇ ਵਿੱਚ 4 ਤੇ ਹੀ ਤੁਹਾਨੂੰ 2 ਦੇਖਣ ਨੂੰ ਮਿਲਦਾ ਇਕਾਈ ਦੇ ਸਥਾਨ ਤੇ, 8 ਦੇ ਪਹਾੜੇ ਦੇ ਵਿੱਚ ਇਕਾਈ ਦੇ ਸਥਾਨ ਤੇ 4 ਤੇ 9, ਦੇਖੋ 8 ਗੁਣਾ 4 32, ਯੂਨਿਟ ਪਲੇਸ ਤੇ 2 ਮਿਲ ਗਿਆ, 8 ਗੁਣਾ 9 72, ਯੂਨਿਟ ਪਲੇਸ ਤੇ 2 ਮਿਲ ਗਿਆ। ਜਾਂ ਤਾਂ ਆਪਣਾ ਜਿਹੜਾ ਆਨਸਰ ਹੋਊਗਾ ਉਹਦਾ ਯੂਨਿਟ ਪਲੇਸ ਡਿਜਿਟ ਇਕਾਈ ਦਾ ਅੰਕ 4 ਹੋਊਗਾ ਜਾਂ 9 ਆਊਗਾ, ਤਾਂ 9 ਵਾਲਾ ਤਾਂ ਕੋਈ ਹੈ ਨਹੀਂ ਬਈ, ਤਾਂ ਯੂਨਿਟ ਪਲੇਸ ਤੇ ਇਕੱਲਾ 4 ਵਾਲਾ, ਮਤਲਬ 34% ਆਨਸਰ ਆ ਜਾਊਗਾ, ਆ ਪੂਰਾ ਪੂਰਾ ਕੱਟਿਆ ਜਾਊਗਾ 34 ਤੇ, ਕਿਉਂਕਿ 9 ਤਾਂ ਹੈ ਨਹੀਂ ਇੱਥੇ, 9 ਵਾਲਾ ਤਾਂ ਹੈ ਨਹੀਂ, 4 ਵਾਲਾ ਹੀ ਹੈ, ਤਾਂ ਯੂਨਿਟ ਪਲੇਸ ਤੇ 4 ਆਉਣਾ ਸੀਗਾ ਬਈ, ਆਹੀ ਆਨਸਰ ਹੈ, ਕਿਉਂਕਿ 8 ਗੁਣਾ 4 32 2 ਇੱਥੇ ਹੀ ਹੁੰਦਾ ਜਾਂ 9 ਤੇ ਹੁੰਦਾ 2। ਇਸ ਤਰ੍ਹਾਂ ਤੁਸੀਂ ਦੇਖਿਆ ਕਰੋ ਚੀਜ਼ਾਂ ਨੂੰ। ਨੈਕਸਟ ਕਹਿੰਦੇ ਜੇਕਰ ਇੱਕ ਪਹਿਰਾਵੇ ਦੀ ਕੀਮਤ 800 ਰੁਪਏ ਹੈ, ਘਟਾ ਕੇ 720 ਰੁਪਏ ਕਰਤੀ, ਕਿੰਨੇ ਪ੍ਰਤੀਸ਼ਤ ਕਮੀ ਕਰਤੀ, ਠੀਕ ਹੈ। ਕਈਆਂ ਨੂੰ ਕਲਾਸ 'ਚ ਬਹਿਣ 'ਚ ਲੱਗਦਾ ਹੋਊਗਾ ਯਾਰ ਠੀਕ ਹੈ ਪੜ੍ਹਾਈ ਜਾਂਦਾ ਕੋਈ ਗੱਲ ਹੋਰ ਕਰਦਾ ਨੀਗਾ ਟਾਈਮ ਪਾਸ, ਭਰਾਵਾ ਮੇਰੀ ਕਲਾਸ ਦੇ ਵਿੱਚ ਪੜ੍ਹਨ ਵਾਲਾ ਕੰਮ ਹੈ, ਪੜ੍ਹਾਉਣ ਵਾਲਾ ਕੰਮ ਹੈ, ਜੇਕਰ ਟਾਈਮ ਪਾਸ ਕਰਨਾ ਹੈ ਦੂਜਿਆਂ ਦੀ ਕਲਾਸਾਂ ਦੇਖ ਸਕਦੇ, ਉੱਥੇ ਤੁਹਾਨੂੰ ਸਵਾਲ ਕਰਾਉਣਾ, ਉਹਨਾਂ ਨੇ 1 ਘੰਟੇ 'ਚ 4 ਬਾਕੀ ਗੱਲਾਂ ਹੀ ਕਰਨੀ ਹੈ। ਇੱਥੇ ਆਪਾਂ ਪੂਰੀ ਸ਼ਿਫਟ ਕੰਪਲੀਟ ਕਰਨੀ ਹੈ, ਇੱਕ ਸ਼ਿਫਟ ਦੇ ਵਿੱਚ 20 ਕੁਐਸਚਨ ਹੈ, ਘੰਟੇ 'ਚ 20 ਦੇ 20 ਕੁਐਸਚਨ ਪੂਰੇ ਕਰਨੇ ਆ, ਤਾਂ ਔਨ ਐਨ ਐਵਰੇਜ ਇੱਕ ਕੁਐਸਚਨ ਨੂੰ ਸਮਝਾ ਕੇ ਕਰਕੇ ਪੜ੍ਹ ਕੇ 3 ਮਿੰਟ ਦਿੰਦਾ ਮੈਂ, ਠੀਕ ਹੈ। ਜਿਹੜੇ 1 ਘੰਟੇ 'ਚ 10 ਕੁਐਸਚਨ ਕਰਾਉਂਦੇ ਆ ਜਾਂ 5 ਜਾਂ 7 ਕੁਐਸਚਨ ਕਰਾਉਂਦੇ ਆ, ਜਿਹੜੇ ਟਾਈਮ ਪਾਸ ਕਰਦੇ ਆ, ਟਾਈਮ ਪਾਸ ਕਰਨਾ ਉੱਥੇ ਜਾ ਸਕਦੇ ਹੋ, ਉਹਨਾਂ ਦੀ ਕਲਾਸ 'ਚ ਦੇਖ ਸਕਦੇ ਹੋ, ਪਰ ਟਾਈਮ ਪਾਸ ਤੇ ਸਰਕਾਰੀ ਨੌਕਰੀ ਨਹੀਂ ਮਿਲਦੀ, ਮਿਹਨਤ ਤਾਂ ਕਰਨੀ ਪਊਗੀ, ਵੀ ਪੜ੍ਹੋਗੇ ਤਾਂ ਸਰਕਾਰੀ ਨੌਕਰੀ ਮਿਲ ਜੂਗੀ, ਨਹੀਂ ਤਾਂ ਔਖਾ ਹੈ। ਤਾਂ ਕਲਾਸ 'ਚ ਮੇਰਾ ਕੰਮ ਹੈ ਪੜ੍ਹਾਉਣਾ, ਤੁਸੀਂ ਵੀ ਆਪਦਾ ਡਾਟਾ ਯੂਜ ਕਰੋਗੇ ਇੱਥੇ ਮੋਬਾਈਲ ਦਾ, ਪੜ੍ਹਨ ਆਏ ਹੋ ਤਾਂ ਪੜ੍ਹ ਲਓਗੇ, ਸਰਕਾਰੀ ਨੌਕਰੀ ਲੱਗ ਜਾਓਗੇ, ਨਹੀਂ ਤਾਂ ਇੰਟਰਟੇਨਮੈਂਟ ਇੰਟਰਟੇਨਮੈਂਟ ਦੁਨੀਆ ਬੈਠੀ ਹੈ ਸਾਰੀ ਕਰਨ ਵਾਸਤੇ। ਕਹਿੰਦਾ ਵੀ ਜੇਕਰ ਪਹਿਰਾਵੇ ਦੀ ਕੀਮਤ ਕਿੰਨੀ ਹੈ, 800, ਖਰਚਾ ਕਿੰਨਾ, 800, 720 ਰੁਪਏ ਕਰਤੀ, 800 ਰੁਪਏ ਦੀ ਕੀਮਤ ਕਿੰਨੀ ਕਰਤੀ, 720, 800 ਤੋਂ ਕੀਮਤ 720 ਰੁਪਏ ਕਰਤੀ, ਕਿੰਨੇ ਦੀ ਕਮੀ ਕਰਤੀ, 80 ਦੀ, 800 ਤੋਂ ਕੀਮਤ ਕਰਤੀ 720 ਤੇ ਕਿੰਨੇ ਪ੍ਰਤੀਸ਼ਤ ਕਮੀ ਕਰਤੀ, ਜਿਹੜਾ 80 ਹੈ ਉਹ 800 ਦਾ ਦਸਵਾਂ ਹਿੱਸਾ ਹੈ, ਮਤਲਬ 10%। ਜਿਹੜਾ ਮੰਨ ਲਓ ਕੱਪੜੇ ਹੈ, ਮੰਨ ਲਓ ਕੋਈ ਸੂਟ ਹੈ, ਕੋਈ ਪੈਂਟ ਸ਼ਰਟ ਹੈ, ਉਹਦੀ ਪਹਿਲਾਂ ਕੀਮਤ ਸੀ 800 ਰੁਪਏ, ਹੁਣ ਉਹਦੀ ਕੀਮਤ ਕਿੰਨੀ ਹੋ ਗਈ, 720, ਕਿੰਨੇ ਪ੍ਰਤੀਸ਼ਤ ਕਮੀ ਕੀਤੀ, ਤਾਂ ਪਹਿਲਾਂ ਦੇਖੋ ਕਮੀ ਕਿੰਨੇ ਦੀ ਹੋਈ ਹੈ, 80 ਦੀ, ਕਿਹਦੇ ਤੋਂ ਕਮੀ ਕੀਤੀ ਹੈ, 800 ਤੋਂ ਕਮੀ ਕੀਤੀ ਹੈ, ਗੁਣਾ 100,
ਜੇਕਰ ਗੌਰ ਕਰੋਗੇ ਜਿਹੜਾ 80 ਹੈ ਉਹ 800 ਦਾ ਦਸਵਾਂ ਹਿੱਸਾ ਹੈ ਤਾਂ 10% ਆਂਸਰ ਆ ਗਿਆ। ਠੀਕ ਹੈ, ਚਲੋ ਆ ਇਨਫੋਰਮੇਸ਼ਨ ਹੈ ਵੀ ਤੁਹਾਡੇ ਲਈ 20 ਤਰੀਕ ਮੰਗਲਵਾਰ ਨੂੰ ਪੰਜਾਬ ਐਗਜ਼ਾਮ ਦਾ, ਪੰਜਾਬ ਸਟੇਟ ਐਗਜ਼ਾਮ ਦਾ ਨਵਾਂ ਬੈਚ ਸਟਾਰਟ ਹੋਣ ਜਾ ਰਿਹਾ 20 ਅਗਸਤ ਨੂੰ। ਠੀਕ ਹੈ, ਜਿਹੜਾ ਆਨਲਾਈਨ ਆਫਲਾਈਨ ਦੋਨਾਂ ਮੋਡ ਦੇ ਵਿੱਚ ਹੈ, ਆਨਲਾਈਨ ਵੀ ਮਿਲੂਗਾ ਤੁਹਾਨੂੰ, ਆਫਲਾਈਨ ਵੀ ਮਿਲੂਗਾ। ਆਨਲਾਈਨ ਫੀਸ ਵੀ ਦੇ ਰੱਖੀ ਹੈ ਤੁਹਾਨੂੰ, ਆਫਲਾਈਨ ਫੀਸ ਵੀ ਦੇ ਰੱਖੀ ਹੈ। ਤਾਂ 20 ਤਰੀਕ ਮੰਗਲਵਾਰ ਸਵੇਰੇ 10 ਵਜੇ ਨਵਾਂ ਬੈਚ ਸਟਾਰਟ ਹੋਣ ਜਾ ਰਿਹਾ ਬਈ। ਤੇ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਹਾਨੂੰ ਕੰਟੈਕਟ ਨੰਬਰ ਦਿੱਤਾ ਗਿਆ, ਇਸ ਕੰਟੈਕਟ ਨੰਬਰ ਤੇ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਹੈ ਤੁਸੀਂ ਲੈ ਸਕਦੇ ਹੋ। ਤਾਂ 20 ਤਰੀਕ ਮੰਗਲਵਾਰ ਸਵੇਰੇ 10 ਵਜੇ ਪੰਜਾਬ ਐਗਜ਼ਾਮ ਦਾ ਨਿਊ ਬੈਚ ਸਟਾਰਟ ਹੋਣ ਜਾ ਰਿਹਾ। ਠੀਕ ਹੈ, ਚਲੋ ਆ ਜਾਓ ਆਪਣੇ ਐਸ ਐਸ ਸੀ ਜੀ ਡੀ ਵਾਲੇ ਕੁਸ਼ਚਨ ਤੇ ਦੁਬਾਰਾ। ਕਹਿੰਦੇ 13 ਵਿਦਿਆਰਥੀਆਂ ਦੇ ਔਸਤ ਅੰਕ 130 ਹਨ। ਤਾਂ ਜਿਵੇਂ ਮੈਂ ਵਾਰੀ ਵਾਰੀ ਇੱਕੋ ਗੱਲ ਕਰਦਾ ਆਇਆ, ਔਸਤ ਦਾ ਮਤਲਬ ਕੀ ਹੁੰਦਾ? ਬਰਾਬਰ ਬਰਾਬਰ ਵੰਡਣਾ, ਇਕੁਅਲ ਡਿਸਟ੍ਰੀਬਿਊਸ਼ਨ। ਤਾਂ 13 ਵਿਦਿਆਰਥੀਆਂ ਦੇ ਔਸਤ 130 ਹੈ, ਮਤਲਬ ਹਰੇਕ ਦੇ ਹਿੱਸੇ 'ਚ 130 130 130 130 ਹਰੇਕ ਦੇ ਹਿੱਸੇ 'ਚ ਗਏ ਹੈ। ਪਰ ਬਾਅਦ ਵਿੱਚ ਪਤਾ ਲੱਗਾ ਕਿ ਵਿਦਿਆਰਥੀ ਦਾ ਸਕੋਰ 32 ਦੀ ਬਜਾਏ 23 ਦੇ ਰੂਪ ਵਿੱਚ ਗਲਤ ਦਰਜ ਕਰ ਦਿੱਤਾ ਗਿਆ। ਸਕੋਰ ਸੀਗਾ 32, ਕਿੰਨਾ ਲਿਖਤਾ? 23 ਲਿਖਤਾ। ਸਕੋਰ 32 ਸੀਗਾ, 23 ਲਿਖਤਾ, ਕਿੰਨਾ ਘੱਟ ਲਿਖਤਾ ਬਈ? 9 ਘੱਟ ਲਿਖਤਾ। ਕਮੀ ਕਿੰਨੇ ਦੀ ਹੈ? 9 ਦੀ ਕਮੀ ਕਰ ਰੱਖੀ ਹੈ, ਜਿਹੜਾ ਆਪਣੀ ਕੋਲ ਵੈਲਿਊ ਹੈ ਉਹਦੇ 'ਚ 9 ਦੀ ਕਮੀ ਹੈ। ਠੀਕ ਹੈ ਬਈ, ਤਾਂ ਸਹੀ ਔਸਤ ਪਤਾ ਕਰੋ। ਤਾਂ ਸਹੀ ਔਸਤ ਆ ਚੇਂਜ ਹੀ ਦੇਖ ਲਓ ਕਿੰਨੇ ਦਾ ਹੋਊਗਾ। ਹੁਣ ਆ ਜਿਹੜਾ 9 ਦਾ ਚੇਂਜ ਹੈ ਉਹ ਕਿੰਨੀਆਂ ਸੰਖਿਆਵਾਂ 'ਚ ਹੋਊਗਾ? 13 ਸੰਖਿਆਵਾਂ 'ਚ। ਬਰਾਬਰ ਬਰਾਬਰ ਵੰਡਣਾ, ਬਰਾਬਰ ਬਰਾਬਰ ਵੰਡਣਾ, 9 ਨੂੰ ਕਮੀ ਕਰਾਉਣੀ ਹੈ 9 ਦੀ, ਉਹ ਵੀ ਸਾਰੀਆਂ ਸੰਖਿਆਵਾਂ ਦੇ ਵਿੱਚ। ਤਾਂ 9 ਦੀ ਕਮੀ ਕਰਾਓਗੇ 13 ਸੰਖਿਆ 'ਚ, 13 'ਚ ਬਰਾਬਰ ਬਰਾਬਰ ਵੰਡੋਗੇ ਤਾਂ 0.69 9 ਦੀ ਕਮੀ ਕਰਕੇ ਲਿਖੀ ਹੈ ਤਾਂ ਸਹੀ ਔਸਤ ਕੀ ਹੋਗੀ? 9 ਨੂੰ ਵਾਪਸ ਕਰੋ, 9 ਦੀ ਕਮੀ ਹੈ ਤਾਂ ਸਹੀ ਔਸਤ ਵਾਪਸ ਕਰਨੀ ਪੈਣੀ ਹੈ ਨਾ ਆਪਾਂ ਨੂੰ। ਵਾਪਸ ਕਰੋਗੇ ਤਾਂ 130 ਤਾਂ ਹੈ, 130 ਦੇ ਵਿੱਚ ਜੋੜੋਗੇ, ਵਾਪਸ ਕਰਨਾ ਆਪਾਂ ਨੂੰ 0.69 ਜੋੜ ਦੋ 130.69 ਸਹੀ ਔਸਤ ਹੈ। ਠੀਕ ਹੈ, ਦੁਬਾਰਾ ਐਕਸਪਲੇਨ ਕਰ ਦਿੰਦਾ, ਕਈਆਂ ਨੂੰ ਹੋ ਸਕਦਾ ਨਾ ਸਮਝ ਆਇਆ ਹੋਵੇ, ਮੈਂ ਦੁਬਾਰਾ ਦੱਸ ਦਿੰਦਾ, ਬਾਕੀ ਗੁਣਾ ਵਗੈਰਾ ਕਰਕੇ ਤੁਸੀਂ ਆਪ ਕਰ ਸਕਦੇ ਹੋ। ਕਹਿੰਦਾ 13 ਵਿਦਿਆਰਥੀਆਂ ਦੇ ਔਸਤ ਅੰਕ 130 ਹੈ। 130 ਮਤਲਬ ਸਾਰੇ ਵਿਦਿਆਰਥੀ 13 ਦੇ 13 ਵਿਦਿਆਰਥੀਆਂ ਦੇ ਵਿੱਚ 130 130 130 ਬਰਾਬਰ ਬਰਾਬਰ ਵੰਡੇ ਗਏ। ਪਰ ਹੋਇਆ ਕੀ? ਪਰ ਬਾਅਦ ਵਿੱਚ ਪਤਾ ਲੱਗਾ ਕਿ ਇੱਕ ਵਿਦਿਆਰਥੀ ਦਾ ਸਕੋਰ 32 ਦੀ ਬਜਾਏ 23 ਲਿਖ ਦਿੱਤਾ ਗਿਆ, ਗਲਤ ਦਰਜ ਕਰ ਦਿੱਤਾ ਗਿਆ। ਲਿਖਣਾ ਸੀ 32, ਲਿਖਤਾ 23, ਤਾਂ ਕਿੰਨਾ ਘੱਟ ਲਿਖਤਾ ਉਹਨੇ? ਕਿੰਨਾ ਘੱਟ ਲਿਖਿਆ? 9 ਘੱਟ ਲਿਖਿਆ, 9 ਘੱਟ ਲਿਖਤਾ। 9 ਦੀ ਕਮੀ ਨੂੰ ਪੂਰਾ ਕਰਨਾ ਹੈ, 9 ਦੀ ਕਮੀ ਨੂੰ ਪੂਰਾ ਕਰਨਾ, ਉਹ 9 ਕਿੰਨੀਆਂ ਸੰਖਿਆਵਾਂ ਦੇ ਵਿੱਚ ਵੰਡਿਆ ਜਾਊਗਾ? 13 ਸੰਖਿਆਵਾਂ ਦੇ ਵਿੱਚ ਵੰਡਿਆ ਜਾਊਗਾ, ਕਿਉਂਕਿ ਅੱਗੇ ਮੈਨੂੰ ਔਸਤ ਹੀ ਪਤਾ ਕਰਨੀ ਹੈ। ਤਾਂ ਔਸਤ ਮਤਲਬ ਬਰਾਬਰ ਬਰਾਬਰ ਵੰਡਣਾ। ਇਹ 9 ਨੂੰ ਕਿੰਨੇ ਸੰਖਿਆਵਾਂ 'ਚ ਵੰਡਾਂਗੇ? 13 ਸੰਖਿਆਵਾਂ ਦੇ ਵਿੱਚ ਵੰਡਾਂਗੇ। 9 ਵੰਡਿਆ ਜਾਊਗਾ 13 ਦੇ ਵਿੱਚ, ਤਾਂ 0.69। 9 ਦੀ ਕਮੀ ਨੂੰ ਪੂਰਾ ਕਰੋਗੇ ਤਾਂ ਹਰੇਕ ਸੰਖਿਆ ਨੂੰ 0.69 ਵਧਾਉਣਾ ਪਊਗਾ। ਔਸਤ ਪਹਿਲਾਂ ਕਿੰਨੀ ਸੀ? 130, ਕਿੰਨਾ ਵਧਾਓਗੇ? 0.69, 0.69 ਵਧਾਓਗੇ ਤਾਂ ਜੋੜ ਦੋ 130.6 ਨੂੰ, ਨਵੀਂ ਔਸਤ ਕਿੰਨੀ ਹੈ? 130.69। ਠੀਕ ਹੈ, ਬਾਕੀ ਗੁਣਾ ਕਰਕੇ ਵੀ ਤੁਸੀਂ ਆਨਸਰ ਦੇ ਸਕਦੇ ਹੋ, ਗੁਣਾ ਕਰਕੇ ਫਿਰ ਵੈਲਿਊ ਜੋੜ ਘਟਾਓ ਕਰਕੇ ਵੀ ਬਣਾ ਲਓਗੇ। ਨੈਕਸਟ ਕੁਐਸਚਨ,
करो। ਕਹਿੰਦਾ ਅੰਕਿਤ 10% ਦੇ ਘਾਟੇ ਤੇ ਇੱਕ ਲੇਖ ਵੇਚਦਾ ਹੈ, ਜੇਕਰ ਉਹ ਇਸ ਨੂੰ 30% ਘੱਟ ਕੀਮਤ ਤੇ ਖਰੀਦਦਾ, 26 ਰੁਪਏ ਘੱਟ ਕੀਮਤ ਵਿੱਚ ਵੇਚਦਾ ਹੈ ਤਾਂ ਉਸਦਾ ਮੁਨਾਫਾ 10% ਹੋਵੇਗਾ। ਲੇਖ ਦੀ ਲਾਗਤ ਕੀਮਤ ਪਤਾ ਕਰੋ। ਤਾਂ ਸਮਝੋ ਅੰਕਿਤ ਕੀ ਕਰਦਾ, ਇੱਕ ਵਸਤੂ ਹੈ, ਆਰਟੀਕਲ ਹੈ, ਕਿੰਨੇ ਦਾ ਖਰਚਾ ਉਹਦੇ ਤੇ ਨਹੀਂ ਪਤਾ, ਆਪਾਂ ਮੰਨ ਲੈਂਦੇ ਹਾਂ ਅੰਕਿਤ ਕੋਲ ਇੱਕ ਵਸਤੂ ਹੈ, ਉਹਦਾ ਜਿਹੜਾ ਖਰਚਾ 100 ਰੁਪਏ ਹੈ। ਅੰਕਿਤ 10% ਘਾਟੇ ਤੇ ਵੇਚੂਗਾ, 100 ਰੁਪਏ ਦੀ ਖਰੀਦ ਕੇ 10% ਘਾਟੇ ਤੇ ਵੇਚੂਗਾ ਤਾਂ 100 ਦਾ 10% 10 ਦਾ ਘਾਟਾ ਹੋ ਗਿਆ, ਵੇਚੀ ਕਿੰਨੇ ਦੀ, 90 ਦੀ। ਠੀਕ ਹੈ, ਅੱਗੇ ਕੀ ਕਹਿੰਦਾ, ਜੇਕਰ ਉਹ ਇਸ ਨੂੰ 30% ਘੱਟ ਕੀਮਤ ਤੇ ਖਰੀਦਦਾ, 100 ਦੀ ਖਰੀਦੀ ਸੀ, ਕਹਿੰਦਾ 30% ਘੱਟ ਕੀਮਤ ਤੇ ਖਰੀਦਦਾ ਤਾਂ 30 ਰੁਪਏ ਘੱਟ ਜਾਣਗੇ, 100 ਦਾ 30% 30 ਘੱਟ ਕੇ ਕਿੰਨੇ ਦੀ ਖਰੀਦੂਗਾ, 70 ਰੁਪਏ ਦੀ ਖਰੀਦਦਾ। ਠੀਕ ਹੈ ਵੀ 30% ਘੱਟ ਕੀਮਤ ਤੇ ਖਰੀਦਦਾ, 70 ਦੀ ਖਰੀਦਦਾ ਅਤੇ 26 ਰੁਪਏ ਘੱਟ ਕੀਮਤ ਵਿੱਚ ਵੇਚਦਾ ਤਾਂ ਉਸਦਾ ਮੁਨਾਫਾ 10%। ਹੁਣ ਇਹਦਾ ਜਿਹੜਾ ਮੁਨਾਫਾ ਹੈ ਉਹ ਕਿੰਨਾ, 10% ਹੈ। ਹੁਣ ਮੁਨਾਫਾ ਕਿੰਨਾ, 10%, ਤਾਂ 70 ਦਾ 10%, 7 ਦਾ ਮੁਨਾਫਾ 77 ਚ ਵੇਚੀ ਜਾਂਦਾ, ਹੁਣ ਉਹ 70 ਰੁਪਏ ਦੇ ਵਿੱਚ ਵੇਚੀ ਜਾਂਦਾ ਤਾਂ ਕਿੰਨੇ ਦੀ ਕਮੀ ਹੋ ਗਈ, ਵੇਚ ਮੁੱਲ ਦੇ ਵਿੱਚ ਕਮੀ ਕਿੰਨੇ ਦੀ ਆ, 13 ਦੀ, ਵੇਚ ਮੁੱਲ ਚ 13 ਦੀ ਕਮੀ ਹੈ, ਕਿੰਨੀ ਕੀਮਤ ਘੱਟ ਗਈ, 13 ਘੱਟ ਗਈ, ਪਰ ਸਵਾਲ ਕਿੰਨਾ ਕਹਿੰਦਾ, 26 ਰੁਪਏ ਘੱਟ ਕੀਮਤ ਵਿੱਚ ਵੇਚਦਾ ਤਾਂ ਆਪਣੇ ਹਿਸਾਬ ਨਾਲ 13 ਰੁਪਏ ਹੈ, ਸਵਾਲ ਕਹਿੰਦਾ 26 ਰੁਪਏ, 13 26 ਦੇ ਬਰਾਬਰ ਤਾਂ ਇੱਕ ਦੀ ਵੈਲਿਊ ਕਿੰਨੀ ਆ ਗਈ, 2 ਰੁਪਏ, ਇੱਕ ਦੀ ਵੈਲਿਊ 2 ਰੁਪਏ ਤਾਂ 100 ਦੀ ਵੈਲਿਊ ਕਿੰਨੀ ਆ ਗਈ, 200 ਰੁਪਏ। ਜਿਹੜੀ ਵਸਤੂ ਹੈ ਉਹਦਾ ਖਰੀਦ ਮੁੱਲ ਹੈ, ਲਾਗਤ ਕੀਮਤ ਹੈ ਉਹ ਕਿੰਨੀ ਹੈ, 200 ਰੁਪਏ, ਲਾਗਤ ਕੀਮਤ ਕਿੰਨੀ ਹੈ, 200 ਰੁਪਏ, ਆਹ ਸਵਾਲ ਲੈ ਕੇ ਆ ਵੀ। ਠੀਕ ਹੈ, ਹੋਰ ਕੁਝ ਨਹੀਂ, ਬਹੁਤ ਸਿੰਪਲ ਸਿੰਪਲ ਜਿਹਾ ਡਾਟਾ, ਆਸਾਨ ਜਿਹਾ ਤਰੀਕਾ ਸੀਗਾ, ਸਵਾਲ ਨੇ ਜਿਹੜੀ ਇਨਫੋਰਮੇਸ਼ਨ ਸੀ ਉਹ ਸਾਰੀ ਲਿਖ ਦਿੱਤੀ। ਠੀਕ ਹੈ, ਨੈਕਸਟ ਵੀ ਆਪਣੇ ਕੋਲ ਕੁਸ਼ਚਨ ਆ ਗਿਆ ਡਿਵੀਜ਼ੀਬਿਲਟੀ ਦਾ, ਡਿਵੀਜ਼ੀਬਿਲਟੀ ਦਾ ਕੁਸ਼ਚਨ ਆ ਗਿਆ। ਸ਼ਿਫਟ ਇਸ ਸ਼ਿਫਟਰ ਵਿੱਚ ਥੋੜੇ ਠੀਕ ਹੈ ਕੁਸ਼ਚਨ, ਜ਼ਿਆਦਾ ਨਹੀਂ ਥੋੜੇ, ਬਾਕੀ ਕਿਸੇ ਨੂੰ ਆਹ ਲੱਗਦਾ ਹੋਊਗਾ ਵੀ ਯਾਰ ਮੇਰੇ ਵਾਲੀ ਸ਼ਿਫਟ ਤਾਂ ਸੌਖੀ ਹੈ, ਮੇਰੇ ਵਾਲੀ ਔਖੀ ਹੈ, ਪਰ ਤੁਹਾਨੂੰ ਪਤਾ ਹੋਊਗਾ ਆਨਲਾਈਨ ਪੇਪਰ ਹੁੰਦੇ ਆ ਤਾਂ ਨੋਰਮਲਾਈਜੇਸ਼ਨ ਵੀ ਹੁੰਦੀ ਹੈ। ਕਹਿੰਦਾ ਜਦੋਂ 35 ਦੀ ਪਾਵਰ 29 ਨੂੰ 10 ਨਾਲ ਭਾਗ ਕੀਤਾ ਜਾਂਦਾ ਤਾਂ ਬਾਕੀ ਪਤਾ ਕਰੋ, 35 ਦੀ ਪਾਵਰ 29 ਨੂੰ 10 ਨਾਲ ਭਾਗ ਕੀਤਾ ਜਾਂਦਾ ਆ ਕੇ ਆ ਗਿਆ ਤਾਂ ਬਾਕੀ ਕਿੰਨਾ ਆਊਗਾ। ਤਾਂ ਤੁਸੀਂ ਦੇਖੋ ਪਾਵਰ ਕਿੰਨੀ ਦੇ ਰੱਖੀ ਹੈ, 29, ਪਾਵਰ ਕਿੰਨੀ ਹੈ, 29, ਔਡ ਨੰਬਰ, ਟਾਂਕ ਸੰਖਿਆ, ਔਡ ਨੰਬਰ। ਹੁਣ ਗੌਰ ਕਰੋ ਤੁਸੀਂ, ਨੰਬਰ ਯੂਨਿਟ ਪਲੇਸ ਤੇ ਕਿੰਨਾ, 5 5, ਜਦੋਂ 29 ਵਾਰ ਲਿਖਿਆ ਜਾਊਗਾ, ਆ ਜਿਹੜਾ 5, ਕਿਉਂਕਿ ਮੈਂ ਯੂਨਿਟ ਪਲੇਸ ਡਿਜਿਟ ਤੇ ਗੱਲ ਕਰੀ ਜਾਂਦਾ, ਯੂਨਿਟ ਪਲੇਸ ਡਿਜਿਟ 5 ਹੈ, 5 ਜਦੋਂ 29 ਵਾਰ ਲਿਖਿਆ ਜਾਂਦਾ ਔਡ ਟਾਈਮਸ ਲਿਖਿਆ ਗਿਆ ਤਾਂ ਯੂਨਿਟ ਪਲੇਸ ਤੇ 5 ਹੀ ਆਊਗਾ। ਠੀਕ ਹੈ, ਇਸ ਤਰ੍ਹਾਂ ਤੁਸੀਂ 35 × 35 × 35 29 ਵਾਰੀ ਲਿਖੋ, 29 ਵਾਰੀ ਲਿਖੋ,
ਤਾਂ ਗੁਣਾ ਕਰਕੇ ਜਿਹੜੀ ਵੀ ਵੈਲਿਊ ਬਣੂਗੀ ਉਹਦੇ ਇਕਾਈ ਦੇ ਸਥਾਨ ਤੇ ਪੰਜ ਹੀ ਆਊਗਾ, ਕਿਉਂਕਿ ਪੰਜ ਜਦੋਂ ਤੱਕ ਔਡ ਨੰਬਰ ਨਾਲ ਗੁਣਾ ਹੋਊਗਾ, ਜਦੋਂ ਤੱਕ ਟਾਂਗ ਸੰਖਿਆ ਨਾਲ ਗੁਣਾ ਹੋਊਗਾ, ਯੂਨਿਟ ਪਲੇਸ ਤੇ ਪੰਜ ਹੀ ਰੱਖੂਗਾ। ਪੰਜ ਜਦੋਂ ਤੱਕ ਟਾਂਗ ਸੰਖਿਆ ਨਾਲ ਗੁਣਾ ਹੋਊਗਾ, ਯੂਨਿਟ ਪਲੇਸ ਤੇ ਪੰਜ ਹੀ ਰੱਖੂਗਾ। ਮਤਲਬ ਆਹ ਜਿਹੜਾ ਪਾਠ ਹੈ 35 ਦੀ ਪਾਵਰ 29, ਇਹਨੂੰ ਸੋਲਵ ਕਰਕੇ ਇਕਾਈ ਦੇ ਸਥਾਨ ਤੇ ਪੰਜ ਆਊਗਾ। ਭਾਗ ਕਰਨਾ 10 ਨਾਲ। ਹੁਣ ਇਕਾਈ ਦੇ ਸਥਾਨ ਤੇ ਪੰਜ ਹੈ, 10 ਨਾਲ ਭਾਗ ਕਰੋਗੇ ਤਾਂ ਬਾਕੀ ਪੰਜ ਹੀ ਬਚੂਗਾ। ਜਿਹੜੀ ਮਰਜ਼ੀ ਸੰਖਿਆ ਲਿਖ ਲਓ, ਜਿਹੜੀ ਮਰਜ਼ੀ ਸੰਖਿਆ ਲਿਖ ਲਓ, ਉਹਦੇ ਇਕਾਈ ਦੇ ਸਥਾਨ ਤੇ ਪੰਜ ਲਿਖ ਕੇ 10 ਨਾਲ ਭਾਗ ਕਰ ਲਿਆ, ਜੇ ਜਿਹੜਾ ਬਾਕੀ ਬਚੂਗਾ ਉਹ ਪੰਜ ਹੀ ਬਚੂਗਾ। ਜਿਹੜੀ ਮਰਜ਼ੀ ਸੰਖਿਆ ਲਿਖੋ, ਮੰਨ ਲਓ ਇਹਨਾਂ ਸਾਰਿਆਂ ਨੂੰ ਗੁਣਾ ਕਰਕੇ, ਇਹਨਾਂ ਸਾਰਿਆਂ ਨੂੰ ਗੁਣਾ ਕਰਕੇ ਆ ਗਿਆ 2935, ਮੰਨ ਲਿਆ। ਇਹਨੂੰ ਜੇਕਰ ਮੈਂ 10 ਨਾਲ ਭਾਗ ਕਰ ਦੂੰਗਾ ਤਾਂ ਬਾਕੀ ਤਾਂ ਪੰਜ ਹੀ ਬਚੂਗਾ, ਬਾਕੀ ਤਾਂ ਪੰਜ ਹੀ ਬਚੂਗਾ, ਠੀਕ ਹੈ। ਤਾਂ ਜਿਹੜੀ ਮਰਜ਼ੀ ਸੰਖਿਆ ਹੋਵੇ, ਜੇਕਰ ਉਹਦੇ ਇਕਾਈ ਦੇ ਸਥਾਨ ਤੇ ਪੰਜ ਆ ਗਿਆ, 10 ਨਾਲ ਭਾਗ ਕਰੋਗੇ ਤਾਂ ਬਾਕੀ ਪੰਜ ਹੀ ਬਚੂਗਾ, ਆਂਸਰ ਆਊਗਾ ਆਪਣੇ ਕੋਲੇ 5 ਬਈ, ਠੀਕ ਹੈ, ਕਲੀਅਰ। ਨੈਕਸਟ ਕੁਸ਼ਚਨ, ਕਹਿੰਦਾ ਪ੍ਰਿਥਵੀ ਕੋਲ 10:13 ਦੇ ਅਨੁਪਾਤ ਵਿੱਚ ਨਾਸ਼ਪਤੀ ਤੇ ਆੜੂ ਹੈ, ਸੈਲੀਨ ਕੋਲ 7:9 ਦੇ ਅਨੁਪਾਤ ਦੇ ਵਿੱਚ ਨਾਸ਼ਪਤੀ ਆੜੂ ਹੈ, ਵਿਕਰਮ ਕੋਲ 5:7 ਦੇ ਅਨੁਪਾਤ ਵਿੱਚ ਨਾਸ਼ਪਤੀ ਆੜੂ ਹੈ, ਤੇ ਨਾਸ਼ਪਤੀ ਅਤੇ ਆੜੂ ਦਾ ਅਨੁਪਾਤ ਸਭ ਤੋਂ ਵੱਧ ਕਿਸ ਕੋਲ ਹੈ। ਇਹ ਤੋਂ ਸੌਖਾ ਕੀ ਆਊਗਾ ਬਈ, ਨਾਸ਼ਪਤੀ ਆੜੂ ਦਾ ਅਨੁਪਾਤ, ਨਾਸ਼ਪਤੀ 10 ਆੜੂ 13। ਪਹਿਲਾ ਪ੍ਰਿਥਵੀ ਸੋਲਵ ਕਰੋਗੇ 0.76 ਪ੍ਰਿਥਵੀ ਦੀ ਗੱਲ। ਦੂਜਾ ਸੈਲੀਨ, ਨਾਸ਼ਪਤੀ ਰੇਸ਼ੋ ਕਿੰਨਾ ਦੇ ਰੱਖਿਆ, 7:9, ਨਾਸ਼ਪਤੀ ਆੜੂ ਦਾ ਅਨੁਪਾਤ 7:9 ਦਾ ਰੇਸ਼ੋ ਤੇ ਗੱਲ ਕਰਨੀ ਹੈ। 70 ਨੂੰ 9 ਨਾਲ ਡਿਵਾਈਡ ਕਰੋਗੇ 9 7 63, 0.77। ਤੀਜਾ ਕੌਣ ਆਪਣੇ ਕੋਲੇ ਬਈ, ਤੀਜਾ ਨਾਂ ਕਿਹਦਾ ਸੀ, ਵਿਕਰਮ ਦਾ, ਰੇਸ਼ੋ ਕਿੰਨਾ 5:7, ਨਾਸ਼ਪਤੀ ਆੜੂ 0.71। ਤਾਂ ਸਭ ਤੋਂ ਵੱਧ ਕਿਹਦਾ ਬਣਦਾ ਵੀ, ਨਾਸ਼ਪਤੀ ਆੜੂ ਦਾ ਅਨੁਪਾਤ ਸਭ ਤੋਂ ਵੱਧ ਕਿਹਦਾ, ਸੈਲੀਨ, ਸੈਲੀਨ, ਸੈਲੀਨ ਮਤਲਬ ਡੀ ਆਪਸ਼ਨ, ਸਭ ਤੋਂ ਵੱਧ ਕਿਹਦਾ, 0.77 ਸੈਲੀਨ ਦਾ ਜਿਹੜਾ ਆਪਣਾ ਆਂਸਰ, ਬਸ ਇੰਨਾ ਕੁ ਸਵਾਲ ਸੀਗਾ। ਨੈਕਸਟ ਇੱਕ ਕੁਸ਼ਚਨ ਹੋਰ ਆ ਗਿਆ ਵੀ ਆਪਣੇ ਕੋਲੇ ਐਵਰੇਜ ਦਾ, ਤੇ ਐਵਰੇਜ ਦਾ ਕੁਸ਼ਚਨ ਕਹਿੰਦਾ ਵੀ 22 ਵਿਦਿਆਰਥੀਆਂ ਦੀ ਇੱਕ ਜਮਾਤ ਦਾ ਔਸਤ ਭਾਰ 42 ਕਿਲੋ ਹੈ, ਜੇਕਰ 33 ਕਿਲੋਗ੍ਰਾਮ ਅਤੇ 39 ਕਿਲੋਗ੍ਰਾਮ ਭਾਰ ਵਾਲੇ ਦੋ ਨਵੇਂ ਵਿਦਿਆਰਥੀਆਂ ਨੂੰ ਕਲਾਸ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ 24 ਵਿਦਿਆਰਥੀਆਂ ਦਾ ਨਵਾਂ ਔਸਤ ਭਾਰ ਕਿੰਨਾ ਹੋਵੇਗਾ। ਤਾਂ ਬਹੁਤ ਹੀ ਸਿੰਪਲ ਜਿਹਾ ਕੁਸ਼ਚਨ ਆਪਣੇ ਕੋਲੇ। ਐਵਰੇਜ ਦਾ ਮੀਨਿੰਗ ਮੈਂ ਵਾਰੀ ਵਾਰੀ ਤੁਹਾਨੂੰ ਦੱਸਦਾ ਵੀ ਕੀ ਹੁੰਦਾ, ਬਰਾਬਰ ਬਰਾਬਰ ਵੰਡਣਾ। ਤਾਂ 22 ਵਿਦਿਆਰਥੀਆਂ ਦਾ ਔਸਤ ਭਾਰ 42 ਹੈ, ਮਤਲਬ ਹਰੇਕ ਵਿਦਿਆਰਥੀ ਦੇ ਹਿੱਸੇ ਦੇ ਵਿੱਚ 42 ਜਾਣਾ ਚਾਹੀਦਾ ਹੈ, ਠੀਕ ਹੈ, 42 ਜਾਣਾ ਚਾਹੀਦਾ। ਹੁਣ ਕਿੰਨੇ ਜਣੇ ਹੋ ਗਏ, 24 ਜਣੇ, ਠੀਕ ਹੈ, ਦੋ ਜਣੇ ਨਵੇਂ ਆਏ, ਇੱਕ ਦਾ ਭਾਰ 33 ਹੈ। ਆਪਾਂ ਐਵਰੇਜ 42 ਬੈਲੈਂਸ ਕਰਨੀ ਹੈ, 42 ਹੈ ਜਿਹੜਾ ਨਵਾਂ ਆਇਆ ਉਹ 33 ਹੈ, ਕਿੰਨੇ ਦੀ ਕਮੀ ਹੈ ਇਹਦੇ ਕੋਲੇ, 9 ਕਿਲੋ ਦੀ ਕਮੀ ਆ। ਦੂਜੇ ਦੀ ਗੱਲ ਕਿੰਨੀ ਕਰੀਏ, 42 ਬੈਲੈਂਸ ਕਰਨਾ ਹੈ, ਦੂਜਾ ਹੈਗਾ 39, ਕਮੀ ਕਿੰਨੇ ਦੀ ਹੈ ਵੀ, 3 ਦੀ ਕਮੀ ਹੈ, ਤੇ ਕਮੀ ਹੈ 12 ਦੀ, ਕਮੀ ਕਿੰਨੇ ਦੀ ਹੈ, 12 ਦੀ ਕਮੀ ਹੈ ਵੀ,
ਠੀਕ ਹੈ ਤਾਂ 12 ਦੀ ਕਮੀ ਕਰਨੀ ਹੈ ਆਪਾਂ ਨੂੰ ਚੇਂਜ ਕਿੰਨਾ ਕਰਨਾ 12 ਦੀ ਕਮੀ ਕਰਨੀ ਹੈ ਪੁਰਾਣੇ ਵਾਲੀ ਜਿਹੜੀ ਐਵਰੇਜ ਹੈ ਉਹਦੇ ਵਿੱਚ ਆਪਾਂ ਨੂੰ ਚੇਂਜ ਕਰਾਉਣਾ 12 ਦਾ ਹੁਣ ਚੇਂਜ ਕਿਵੇਂ ਕਰਾਉਣਾ ਆਹ ਜਿਹੜਾ 12 ਦੀ ਕਮੀ ਹੈ ਆ ਕਿੰਨਿਆਂ ਚ ਵੰਡੀ ਜਾਊਗੀ 24 ਦੇ ਵਿੱਚ ਵੰਡਿਆ ਜਾਊਗੀ 24 ਬੱਚੇ 24 ਵਿਦਿਆਰਥੀ ਹੈ ਉਹਨਾਂ ਸਾਰਿਆਂ ਦੇ ਵਿੱਚ 12 ਦੀ ਕਮੀ ਹੋਊਗੀ ਠੀਕ ਹੈ ਕਿਉਂਕਿ ਚੇਂਜ ਹੋਣਾ ਸਿਰਫ 12 ਦਾ ਠੀਕ ਹੈ ਜੀ ਤਾਂ 12 ਦੀ ਕਮੀ ਕਰਨੀ ਹੈ ਉਹ ਵੀ 24 ਵਿਦਿਆਰਥੀਆਂ ਦੇ ਵਿੱਚੋਂ ਤਾਂ ਹਰੇਕ ਵਿਦਿਆਰਥੀ ਦੇ ਵਿੱਚੋਂ ਅੱਧਾ ਅੱਧਾ ਬਾਹਰ ਕੱਢ ਦੋ ਹਰੇਕ ਵਿਦਿਆਰਥੀ ਦੇ ਵਿੱਚੋਂ ਅੱਧਾ ਅੱਧਾ ਮਾਈਨਸ 0.5 ਕਰ ਦੋ ਬਈ ਠੀਕ ਹੈ ਹਰੇਕ ਵਿਦਿਆਰਥੀ ਦੇ ਵਿੱਚੋਂ ਅੱਧਾ ਅੱਧਾ ਬਾਹਰ ਕੱਢ ਦੋਗੇ ਤਾਂ ਤੁਹਾਡੇ ਕੋਲੇ 12 ਦੀ ਕਮੀ ਹੋ ਜੂਗੀ ਕਿ ਨਹੀਂ ਹੋ ਜੂਗੀ ਠੀਕ ਹੈ ਬਸ ਹੋ ਗਿਆ ਸਵਾਲ ਤਾਂ 42 ਸੀਗਾ ਅੱਧਾ ਅੱਧਾ ਸਾਰਿਆਂ ਚੋਂ ਬਾਹਰ ਕੱਢਿਆ ਗਿਆ ਤਾਂ ਅੱਧਾ ਅੱਧਾ ਬਾਹਰ ਕੱਢਿਆ ਗਿਆ ਤਾਂ ਨਵੀਂ ਔਸਤ ਆਊਗੀ 41.5 ਤਾਂ ਆਨਸਰ ਆਊਗਾ 41.5 ਇੱਥੇ 41 ਕਰ ਲਓ ਵੀ ਫਸਟ ਆਪਸ਼ਨ 41.5 41.5 ਆਨਸਰ ਆਊਗਾ ਠੀਕ ਹੈ ਸਮਝ ਆਇਆ ਕਿਉਂਕਿ 9, 3, 12 ਦੀ ਕਮੀ ਕਰਨੀ ਹੈ ਉਹ ਵੀ 24 ਜਣਿਆਂ ਦੇ ਵਿੱਚੋਂ 24 ਬੰਦੇ ਆ ਜਿਨ੍ਹਾਂ ਕੋਲੋਂ 12 ਰੁਪਏ ਇਕੱਠੇ ਕਰਨੇ ਆ 24 ਬੰਦਿਆਂ ਚੋਂ 12 ਰੁਪਏ ਇਕੱਠੇ ਕਰਨੇ ਆ ਤਾਂ ਹਰੇਕ ਬੰਦੇ ਤੋਂ ਕਿੰਨਾ ਕਿੰਨਾ ਮਿਲੂਗਾ ਅੱਧਾ ਅੱਧਾ ਪੈਸਾ 38.5 ਮਿਲੂਗਾ ਕਿ ਨਹੀਂ ਮਿਲੂਗਾ 0.5 ਹਰੇਕ ਤੋਂ ਮਿਲੂਗਾ ਤਾਂ ਕਮੀ ਹੋਊਗੀ 0.5 ਦੀ ਪਹਿਲਾਂ ਕਿੰਨਾ ਸੀ 42 42 ਚ 0.5 ਦੀ ਕਮੀ ਕਰੋ ਨਵੀਂ ਐਵਰੇਜ 41.5 ਠੀਕ ਹੈ ਇੱਕ ਤਰੀਕਾ ਤਾਂ ਸੀ ਬਾਕੀ ਗੁਣਾ ਕਰਕੇ ਵੀ ਕਰ ਸਕਦੇ ਹੋ ਤੁਸੀਂ ਗੁਣਾ ਕਰਕੇ ਕਿਵੇਂ 22 ਜਣੇ ਆ ਤਾਂ 22 ਨੂੰ ਕਿੰਨੇ ਨਾਲ ਗੁਣਾ ਕਰ ਲੋਗੇ ਬਈ ਔਸਤ 42 ਦੇ ਨਾਲ ਤਾਂ ਟੋਟਲ ਵੇਟ ਕਿੰਨਾ ਹੋ ਗਿਆ 22 ਨੂੰ 2 ਨਾਲ ਗੁਣਾ ਕਰੋਗੇ 44 22 ਨੂੰ 4 ਨਾਲ ਗੁਣਾ ਕਰੋਗੇ 88 4 92 ਦੋ ਜਣੇ ਹੋਰ ਆ ਗਏ 33 39 72 ਜੋੜ ਦੋ 996 ਟੋਟਲ ਵੇਟ ਹੋ ਗਿਆ 996 ਕਿੰਨੇ ਜਣਿਆਂ ਦਾ 24 ਜਣਿਆਂ ਦਾ ਤਾਂ 996 ਵੇਟ ਹੈ ਟੋਟਲ ਐਵਰੇਜ ਪਤਾ ਕਰਨੀ 24 ਜਣਿਆਂ ਦੀ ਬਟਾ 24 4 96 36 1 ਪੁਆਇੰਟ ਬਾਕੀ ਕਿੰਨਾ ਰਹਿ ਗਿਆ ਆਪਣੇ ਕੋਲੇ 36 12 120 5 ਤਾਂ 41.5 ਨਵੀਂ ਐਵਰੇਜ ਆਊਗੀ 41.5 ਆਊਗੀ ਬਈ ਠੀਕ ਹੈ ਆਪਣਾ ਆਨਸਰ ਬਣੂਗਾ ਸਹੀ ਕਰ ਲਿਆ ਜੀ ਆਪਸ਼ਨ ਨੈਕਸਟ ਇਨਫੋਰਮੇਸ਼ਨ ਤੁਹਾਡੀ SSC GD ਜਿਹੜਾ ਆਪਾਂ ਕਰੀ ਜਾਂਦੇ ਹਾਂ ਜਿਹਦੀ ਕਲਾਸ ਆਪਾਂ ਲਾਈ ਜਾਂਦੇ ਹਾਂ SSC GD ਸ਼ਿਫਟਸ ਠੀਕ ਹੈ ਜਿਹੜਾ ਨਵਾਂ ਬੈਚ ਸਟਾਰਟ ਹੋਣ ਜਾ ਰਿਹਾ SSC GD ਦਾ 2 ਸਪਟੈਂਬਰ ਸਵੇਰੇ 10 ਵਜੇ ਨਵਾਂ ਬੈਚ ਸਟਾਰਟ ਹੈ ਵੀ 2 ਸਪਟੈਂਬਰ ਦਿਨ ਸੋਮਵਾਰ ਨੂੰ ਆਨਲਾਈਨ ਆਫਲਾਈਨ ਦੋਨੋਂ ਮੋਡ ਦੇ ਵਿੱਚ ਹੈ ਬਾਕੀ ਹੋਰ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ SSC GD ਬੈਚ ਦੇ ਰਿਗਾਰਡਿੰਗ ਤਾਂ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਤੇ ਇੱਕ ਖਾਸ ਗੱਲ ਹੈ ਵੀ SSC GD ਜਿਹੜਾ ਤੁਹਾਨੂੰ ਕਰਵਾਇਆ ਜਾਊਗਾ ਉਹ ਪੰਜਾਬੀ ਦੇ ਵਿੱਚ ਕਰਵਾਇਆ ਜਾਊਗਾ ਲੈਂਗੁਏਜ ਪੰਜਾਬ ਦੀ ਲੈਂਗੁਏਜ ਪੰਜਾਬੀ ਦੇ ਵਿੱਚ ਠੀਕ ਹੈ ਤੇ ਆਹ 8 ਡਿਪਾਰਟਮੈਂਟ ਲਿਖੇ ਆ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਜਾਣਾ ਚਾਹੋ ਜਾ ਸਕਦੇ ਹੋ ਠੀਕ ਹੈ ਤਾਂ ਮਿਲਦੇ ਆ ਆਪਾਂ ਫਿਰ 2 ਤਰੀਕ ਨੂੰ ਹੁਣ ਤੱਕ ਇੱਕ ਵਾਰੀ ਕਲਾਸ ਤਾਂ ਪੂਰੀ ਕਰੀਏ ਹੁਣ ਇਹਨਾਂ ਭੱਜ ਜਾਏ ਕਿਤੇ ਕਹਿੰਦਾ ਇੱਕ ਆਦਮੀ 1 ਰੁਪਏ ਵਿੱਚ 35 ਅੰਬ ਖਰੀਦਦਾ ਉਸਨੇ 1 ਰੁਪਏ ਵਿੱਚ ਕਿੰਨੇ ਅੰਬ ਵੇਚੇ ਸਨ ਤਾਂ ਜੋ ਉਸ ਨੂੰ 30% ਦਾ ਨੁਕਸਾਨ ਹੋਇਆ ਹੈ ਦੋ ਵੀ ਜਵਾਬ ਤਾਂ ਬਹੁਤ ਹੀ ਸਿੰਪਲ ਜਿਹਾ ਕੁਐਸਚਨ ਹੈ ਇੱਕ ਆਦਮੀ ਪੜ੍ਹ ਲਿਆ ਹੋਊਗਾ ਸਾਰਿਆਂ ਨੇ 1 ਰੁਪਏ ਵਿੱਚ 35 ਅੰਬ ਖਰੀਦਦਾ 35 ਮੈਂਗੋ ਕਿੰਨੇ ਦੇ ਆ 1 ਰੁਪਏ ਦੇ
ਤਾਂ ਇੱਕ ਮੈਂਗੋ ਕਿੰਨੇ ਦਾ ਹੋ ਗਿਆ, ਇੱਕ ਮੈਂਗੋ ਦਾ ਖਰਚਾ ਕਿੰਨਾ ਹੋ ਗਿਆ, 1/35 ਰੁਪਏ। 35 ਅੰਬ ਜਿਹੜੇ 1 ਰੁਪਏ ਦੇ ਖਰੀਦੇ ਗਏ ਤਾਂ 1 ਅੰਬ ਕਿੰਨੇ ਦਾ ਖਰੀਦਿਆ ਗਿਆ, 1/35 ਰੁਪਏ ਦਾ ਖਰੀਦਿਆ ਗਿਆ। ਹੁਣ ਉਹ 30% ਦੇ ਨੁਕਸਾਨ ਤੇ ਵੇਚਦਾ ਹੈ, 30% ਨੁਕਸਾਨ ਤੇ ਵੇਚੂਗਾ, ਇਹਦਾ ਮਤਲਬ 70% ਤੇ ਵੇਚਦਾ ਹੈ। ਤਾਂ 70% ਕੀਮਤ ਕੱਢ ਲਾਂਗੇ, ਵੇਚ ਮੁੱਲ ਆਜੂਗਾ। 70% ਤੇ ਵੇਚੂਗਾ ਤਾਂ 70/100, 35 × 2 = 70, 200 ਨੂੰ 50 ਤੇ ਕੈਂਸਲ ਆਊਟ ਕਰ ਦੂਗਾ, 1/50। ਤਾਂ 1 ਅੰਬ ਦਾ, 1 ਮੈਂਗੋ ਦਾ ਵੇਚ ਮੁੱਲ ਕਿੰਨਾ ਹੈ, 1/50। 50 ਇੱਧਰ ਆ ਕੇ ਗੁਣਾ ਹੋਊਗਾ ਤਾਂ 50 ਅੰਬ ਦੀ ਵੇਚ ਮੁੱਲ ਕਿੰਨੀ ਬਣਦੀ ਹੈ, 1 ਰੁਪਏ। 50 ਅੰਬ ਦਾ ਜਿਹੜਾ ਵੇਚ ਮੁੱਲ ਹੈ ਉਹ ਕਿੰਨਾ ਆਪਣੇ ਕੋਲੇ, 1 ਰੁਪਏ। ਕਿੱਥੇ ਗਿਆ 50, ਆ ਰਿਹਾ ਡੀ ਆਪਸ਼ਨ। ਤਾਂ ਉਸਨੇ 1 ਰੁਪਏ ਚ ਕਿੰਨੇ ਅੰਬ ਵੇਚੇ ਆ, 50 ਅੰਬ ਵੇਚੇ ਆ, ਬਸ ਇੰਨਾ ਕੁ ਸਵਾਲ ਸੀਗਾ ਬਈ, ਠੀਕ ਹੈ। ਨੈਕਸਟ ਕੁਐਸਚਨ ਆਪਣੇ ਕੋਲੇ ਸਿੰਪਲ ਤੇ ਕੰਪਾਊਂਡ ਇੰਟਰਸਟ ਦਾ ਮਿਕਸਅਪ ਕੁਐਸਚਨ, ਸਿੰਪਲ ਕੰਪਾਊਂਡ ਇੰਟਰਸਟ ਮਿਕਸਅਪ ਕੁਐਸਚਨ ਆ ਗਿਆ ਬਈ, ਪੜੋ। ਦੇਖੋ ਮੈਂ ਸਾਰਿਆਂ ਨੂੰ ਇੱਕ ਗੱਲ ਕਹੂੰਗਾ ਵੀ ਤੁਸੀਂ GD ਦੇ ਪੇਪਰ ਰਿਵਾਈਜ਼ ਕਰਦੇ ਹੋ ਨਾ ਤਾਂ ਪੂਰਾ ਸਿਲੇਬਸ ਰਿਵਾਈਜ਼ ਹੁੰਦਾ, ਜਿਹੜਾ ਤੁਹਾਡਾ ਪੰਜਾਬ ਐਗਜ਼ਾਮ ਹੈ, ਅਦਰ ਕੋਈ ਵੀ ਐਗਜ਼ਾਮ ਹੈ, ਬੇਸਿਕ ਤੇ ਵਧੀਆ ਲੈਵਲ ਤਿਆਰ ਹੋ ਜਾਊਗਾ ਤੁਹਾਡਾ। ਕਹਿੰਦਾ 2 ਸਾਲਾਂ ਦਾ ਸਧਾਰਨ ਵਿਆਜ 12,800 ਹੈ, 2 ਸਾਲਾਂ ਦਾ ਕੰਪਾਊਂਡ ਇੰਟਰਸਟ ਮਿਸ਼ਰਿਤ ਵਿਆਜ 14,400 ਹੈ, ਰਾਸ਼ੀ ਪਤਾ ਕਰੋ, ਪ੍ਰਿੰਸੀਪਲ ਪੁੱਛਿਆ ਗਿਆ, ਠੀਕ ਹੈ ਬਈ। ਤਾਂ ਦੇਖੋ ਇੱਥੇ ਤਾਂ ਵਿਆਜ ਦਰ ਵੀ ਹੈ ਨਹੀਂ ਆਪਣੇ ਕੋਲੇ, ਤਾਂ ਕਿਵੇਂ ਕਰੋਗੇ? ਤਾਂ ਤੁਹਾਨੂੰ ਪਤਾ ਹੋਊਗਾ ਸਧਾਰਨ ਵਿਆਜ ਹਰੇਕ ਸਾਲ ਬਰਾਬਰ ਰਹਿੰਦਾ, ਸਧਾਰਨ ਵਿਆਜ ਹਰੇਕ ਸਾਲ ਬਰਾਬਰ ਰਹਿੰਦਾ। 2 ਸਾਲਾਂ ਦਾ ਸਧਾਰਨ ਵਿਆਜ 12,800 ਰੁਪਏ ਹੈ, ਤਾਂ 1 ਸਾਲ ਦਾ ਸਧਾਰਨ ਵਿਆਜ 6,400 ਰੁਪਏ ਹੋ ਗਿਆ, 1 ਸਾਲ ਦਾ ਸਧਾਰਨ ਵਿਆਜ 6,400। ਸਧਾਰਨ ਵਿਆਜ ਹਰੇਕ ਸਾਲ ਬਰਾਬਰ ਹੈ, ਪਹਿਲੇ ਸਾਲ ਸਧਾਰਨ ਵਿਆਜ ਮਿਸ਼ਰਿਤ ਵਿਆਜ ਬਰਾਬਰ ਹੁੰਦਾ, ਪਹਿਲੇ ਸਾਲ ਸਧਾਰਨ ਵਿਆਜ ਮਿਸ਼ਰਿਤ ਵਿਆਜ ਬਰਾਬਰ ਹੈ, ਤਾਂ ਪਹਿਲੇ ਸਾਲ ਮਿਸ਼ਰਿਤ ਵਿਆਜ ਵੀ ਬਰਾਬਰ ਹੈ। 2 ਸਾਲਾਂ ਦਾ ਮਿਸ਼ਰਿਤ ਵਿਆਜ ਤੁਹਾਡੇ ਕੋਲੇ 14,600 ਹੈ, ਜਿਹਦੇ ਵਿੱਚ ਪਹਿਲੇ ਸਾਲ ਦਾ ਵਿਆਜ 6,400 ਰੁਪਏ ਹੈ, ਤਾਂ ਦੂਜੇ ਸਾਲ ਦਾ ਵਿਆਜ ਕਿੰਨਾ ਹੈ, 8,000 ਰੁਪਏ। ਦੂਜੇ ਸਾਲ ਦਾ ਵਿਆਜ ਆਊਗਾ 8,000 ਰੁਪਏ, 6400 ਰੁਪਏ ਤਾਂ ਮਿਲਣੇ ਮਿਲਣੇ ਆ, ਪਲੱਸ 1600 ਰੁਪਏ ਵਿਆਜ ਹੈ। ਆਹ ਦੂਜੇ ਸਾਲ ਦਾ ਵਿਆਜ ਹੋ ਗਿਆ ਕਿ ਨਹੀਂ ਹੋ ਗਿਆ, ਵੀ ਸਧਾਰਨ ਵਿਆਜ ਹਰੇਕ ਸਾਲ ਬਰਾਬਰ ਰਹਿੰਦਾ, 2 ਸਾਲ ਦਾ ਸਧਾਰਨ ਵਿਆਜ 12,800 ਹੈ, 2 ਸਾਲਾਂ ਚ ਵੰਡਿਆ ਗਿਆ 6400 ਰੁਪਏ ਆ ਗਏ। ਪਹਿਲੇ ਸਾਲ ਸਧਾਰਨ ਵਿਆਜ ਮਿਸ਼ਰਿਤ ਵਿਆਜ ਬਰਾਬਰ ਹੁੰਦਾ, ਸਧਾਰਨ ਵਿਆਜ 6400, ਮਿਸ਼ਰਿਤ ਵਿਆਜ 6400। ਜਿਹੜਾ ਮਿਸ਼ਰਿਤ ਵਿਆਜ ਪਹਿਲੇ ਸਾਲ ਹੈ ਉਹ ਦੂਜੇ ਸਾਲ ਉਹਨਾਂ ਤਾਂ ਮਿਲੂਗਾ ਹੀ ਮਿਲੂਗਾ, ਤੇ ਵਿਆਜ ਤੇ ਵਿਆਜ ਲੱਗ ਕੇ ਆਪਾਂ ਨੂੰ 1600 ਰੁਪਏ ਹੋਰ ਬਣ ਗਏ, ਪਹਿਲੇ ਸਾਲ ਦੇ ਵਿਆਜ ਤੇ ਵਿਆਜ ਲੱਗ ਕੇ 1600 ਰੁਪਏ ਹੋਰ ਬਣ ਗਏ। ਤਾਂ ਕਿੰਨੇ ਪ੍ਰਤੀਸ਼ਤ ਵਿਆਜ ਦਰ ਹੋਗੀ, 1600 ਰੁਪਏ ਵਿਆਜ ਮਿਲਦਾ ਕਿੰਨੇ ਰੁਪਏ ਤੇ, 6400 ਰੁਪਏ ਤੇ, ਪ੍ਰਸੈਂਟ ਚ ਬਦਲਣਾ ਗੁਣਾ 100, 16 × 64, 400 ਨੂੰ ਕੱਟ ਦੂਗਾ 25, ਵਿਆਜ ਦਰ ਲੱਗਦੀ ਹੈ 25%, ਸਲਾਨਾ ਵਿਆਜ ਦਰ ਕਿੰਨੀ ਹੈ 25%। ਹੁਣ ਆਪਣਾ ਆਂਸਰ ਆ ਜਾਊਗਾ, ਠੀਕ ਹੈ ਵੀ 25% ਵਿਆਜ ਦਰ ਹੈਗੀ ਹੈ, ਕਿੰਨੇ ਸਾਲ ਦੀ, ਸਧਾਰਨ ਵਿਆਜ ਕਿੰਨੇ ਸਾਲ ਦਾ, 2 ਸਾਲ ਦਾ, ਸਧਾਰਨ ਵਿਆਜ 2 ਸਾਲ ਦਾ, 1 ਸਾਲ ਦਾ ਵਿਆਜ 25%, 2 ਸਾਲ ਦਾ ਵਿਆਜ 50%, 1 ਸਾਲ ਦਾ ਵਿਆਜ 25%, 2 ਸਾਲ ਦਾ ਵਿਆਜ 50%, 50% ਸਧਾਰਨ ਵਿਆਜ 2 ਸਾਲ ਦਾ ਕਿਹਦੇ ਬਰਾਬਰ ਹੈ, 12,800 ਦੇ ਬਰਾਬਰ। ਸਾਲ ਦਾ ਸਧਾਰਨ ਵਿਆਜ 25%, 2 ਸਾਲ ਦਾ ਸਧਾਰਨ ਵਿਆਜ 50%, ਵਿਆਜ ਕਿੰਨਾ, 12,800, 100% ਪਤਾ ਕਰ ਲੋਗੇ ਪ੍ਰਿੰਸੀਪਲ ਆ ਜਾਊਗਾ, 2 ਨਾਲ ਗੁਣਾ ਕਰ ਦੋ ਦੋਨਾਂ ਪਾਸੇ, 2 ਨਾਲ ਗੁਣਾ ਕਰਾਂਗੇ ਦੋਨਾਂ ਪਾਸੇ ਤਾਂ ਆਪਣੇ ਕੋਲੇ ਕੀ ਆ ਗਿਆ, ਪ੍ਰਿੰਸੀਪਲ ਆ ਗਿਆ।
ਤਾਂ 25,600 ਰੁਪਏ ਪ੍ਰਿੰਸੀਪਲ ਹੈ। ਰਾਸ਼ੀ ਕਿੰਨੀ ਹੈ? 25,600 ਰੁਪਏ, ਜਿਹੜਾ ਕਿ ਇਹ ਆਪਸ਼ਨ ਹੈ। ਠੀਕ ਹੈ, ਆਇਆ ਸਮਝ? ਪਹਿਲਾਂ ਆਪਾਂ ਵਿਆਜ ਦਰ ਪਤਾ ਕਰ ਲਈ, ਵਿਆਜ ਦਰ ਆਪਣੇ ਕੋਲੇ ਆ ਗਿਆ, ਟਾਈਮ ਆਪਣੇ ਕੋਲੇ ਹੈ, 2 ਸਾਲ ਸਵਾਲ ਨੇ ਦੇ ਰੱਖਿਆ, ਟਾਈਮ ਆਪਣੇ ਕੋਲੇ ਹੈ, ਵਿਆਜ ਦਰ ਆਪਣੇ ਕੋਲੇ ਹੈ, ਸਧਾਰਨ ਵਿਆਜ ਆਪਣੇ ਕੋਲੇ ਹੈ, ਪ੍ਰਿੰਸੀਪਲ ਰਹਿ ਗਿਆ ਬਸ, ਹੋਰ ਤਾਂ ਕੁਝ ਹੈ ਹੀ ਨਹੀਂ। ਨੈਕਸਟ ਸਿੰਪਲ ਆਸਾਨ ਕੁਸ਼ਚਨ, ਬੋਰਡ ਮਾਸ ਮੈਂ ਕਰਾਵਾਂ ਜਲਦੀ ਜਲਦੀ ਕਰਾ ਦਈਏ। ਸਭ ਤੋਂ ਪਹਿਲਾਂ ਡਿਵਾਈਡ ਕਰੋਗੇ 2016 ਨੂੰ 4 ਨਾਲ ਡਿਵਾਈਡ ਕਰੋ, 2016 ਨੂੰ 4 ਨਾਲ ਭਾਗ ਕਰੋਗੇ 504। ਠੀਕ ਹੈ, ਫਿਰ ਇਹਨਾਂ ਦੋਨਾਂ ਨੂੰ ਤੁਸੀਂ ਗੁਣਾ ਕਰੋਗੇ, ਵਿਚਕਾਰ ਪਲੱਸ ਲੱਗਿਆ ਸੀ ਬਈ, ਇਹਨਾਂ ਦੋਨਾਂ ਨੂੰ ਗੁਣਾ ਕਰੋ 192, ਫਿਰ ਇਹਨਾਂ ਦੋਨਾਂ ਨੂੰ ਗੁਣਾ ਕਰੋਗੇ 26 × 3 78। ਠੀਕ ਹੈ, ਹੁਣ ਤੁਸੀਂ ਦੇਖੋ ਸਾਰਿਆਂ ਦਾ ਯੂਨਿਟ ਡਿਜਿਟ ਅਲੱਗ ਅਲੱਗ ਹੈ, ਤਾਂ ਯੂਨਿਟ ਡਿਜਿਟ ਨਾਲ ਵੀ ਕੰਮ ਚਲਾ ਸਕਦੇ ਹੋ। 4 ਤੇ 2 8 6, ਇੱਥੇ 8 ਹੈ, 16 - 8 ਯੂਨਿਟ ਪਲੇਸ ਤੇ 8 ਹੀ ਰੱਖੂਗਾ ਆਂਸਰ। ਅੱਛਾ 2 ਹੈ ਬਈ, 2 ਹੈ 2 ਹੈ 2 ਹੈ 2 ਹੈ। ਠੀਕ ਹੈ, ਫਿਰ ਵੀ ਆਹੀ ਬਣਨਾ ਸੀ, ਵੱਡੇ ਵਾਲਾ ਹੀ ਆਂਸਰ ਬਣੂਗਾ। ਲਿਖ ਦਿੰਦੇ, ਪਹਿਲਾਂ ਜੋੜੋ, ਜੋੜੋਗੇ ਇਹਨਾਂ ਦੋਨਾਂ ਨੂੰ 4 ਤੇ 2 6 9 5 ਤੇ 1 6 504 192 ਜੋੜ ਲਿਆ, 78 ਮਾਈਨਸ ਕਰ ਦੋ, 16 ਚੋਂ 8 8 1 ਤੇ 6 618 ਆਊਗਾ ਬਈ, 618। ਠੀਕ ਹੈ, 5 628 ਨਹੀਂ 618 ਆਂਸਰ ਆਊਗਾ। ਸਿੰਪਲ ਹੈ, ਬੋਰਡ ਮਾਸ ਹੀ ਹੈ। ਨੈਕਸਟ ਐਮ ਆਰ ਪੀ, ਪ੍ਰੋਫਿਟ ਐਂਡ ਲੋਸ ਤੋਂ ਵੀ ਕਾਫੀ ਕੁਸ਼ਚਨ ਬਣਦੇ ਆ ਨਾ, ਕਾਫੀ ਕੁਸ਼ਚਨ ਪੁੱਛੇ ਆ ਪ੍ਰੋਫਿਟ ਐਂਡ ਲੋਸ ਤੋਂ ਵੀ। ਕਹਿੰਦਾ ਵੀ ਕੁਰਸੀ ਦੀ ਚੈਨਿਤ ਕੀਮਤ ਇਸਦੀ ਲਾਗਤ ਕੀਮਤ ਨਾਲੋਂ  20% ਵੱਧ ਹੈ, ਐਮ ਆਰ ਪੀ ਖਰੀਦ ਮੁੱਲ ਤੋਂ, ਜੇ ਕੋਸਟ ਪ੍ਰਾਈਸ ਖਰੀਦ ਮੁੱਲ 100 ਰੁਪਏ ਹੈ, ਐਮ ਆਰ ਪੀ 20% ਜ਼ਿਆਦਾ ਹੈ, 20% ਜ਼ਿਆਦਾ ਐਮ ਆਰ ਪੀ ਹੈ, ਐਮ ਆਰ ਪੀ ਕਿੰਨਾ ਆ ਗਿਆ 120। ਜੇਕਰ ਕੁਰਸੀ 220 ਰੁਪਏ ਵਿੱਚ ਵਿਕਦੀ ਹੈ ਤਾਂ 20% ਦੀ ਛੂਟ ਤੋਂ ਬਾਅਦ ਫਿਰ ਲਾਭ ਪ੍ਰਤੀਸ਼ਤ ਕੀ ਹੈ? ਠੀਕ ਹੈ, 20% ਦੀ ਛੂਟ ਤੋਂ ਬਾਅਦ ਆਪਣੇ ਹਿਸਾਬ ਨਾਲ ਕੁਰਸੀ ਕਿੰਨੇ ਦੀ ਵਿਕਦੀ ਹੈ? 120 ਦਾ 20% 24 ਰੁਪਏ ਦੀ ਛੂਟ ਤੋਂ ਬਾਅਦ ਕੁਰਸੀ ਦਾ ਵੇਚ ਮੁੱਲ ਬਣਦਾ 96 ਰੁਪਏ, ਕੁਰਸੀ ਦਾ ਵੇਚ ਮੁੱਲ ਬਣ ਗਿਆ 96 ਰੁਪਏ। ਸਵਾਲ ਕਿੰਨਾ ਕਹਿੰਦਾ? 220, 96 ਕਿੰਨੇ ਦੇ ਬਰਾਬਰ ਹੋ ਗਿਆ? 220 ਦੇ, 96 ਬਰਾਬਰ ਹੋ ਗਿਆ 220 ਦੇ। ਇੱਕ ਦੀ ਵੈਲਿਊ ਆ ਜੂਗੀ 220/96, 100 ਦੀ ਵੈਲਿਊ ਪਤਾ ਕਰ ਲਾਂਗੇ ਤਾਂ ਆਪਣੇ ਕੋਲੇ ਕੁਰਸੀ ਦਾ ਖਰੀਦ ਮੁੱਲ ਆ ਜੂਗਾ ਗੁਣਾ 100। ਠੀਕ ਹੈ, 100 ਦੀ ਵੈਲਿਊ ਪਤਾ ਕਰ ਲਾਂਗੇ, ਕੁਰਸੀ ਦਾ ਖਰੀਦ ਮੁੱਲ ਆ ਗਿਆ। 4 ਦੇ ਪਹਾੜੇ ਤੇ ਕੈਂਸਲ ਆਊਟ ਕਰ ਦਿੰਦੇ ਆ, 4 ਦੇ ਪਹਾੜੇ ਤੇ ਕੈਂਸਲ ਆਊਟ ਕਰੋਗੇ 24 25 6 ਅਗੇਨ 4 ਦੇ ਟੇਬਲ ਤੇ ਕੈਂਸਲ ਆਊਟ ਕਰੀ ਜਾਂਦੇ ਆਪਾਂ 55 55। ਇਹੋ ਜਿਹਾ ਤਾਂ ਆਪਸ਼ਨ ਨਹੀਂ ਵੀ, ਕੋਈ ਮਿਸਟੇਕ ਹੋਈ ਆ। ਠੀਕ ਹੈ, 120 ਹੋ ਗਈ। ਜੇਕਰ ਕੁਰਸੀ 220 ਰੁਪਏ ਵਿੱਚ ਵਿਕਦੀ ਹੈ ਤਾਂ 20% ਦੀ ਛੂਟ ਤੋਂ ਬਾਅਦ ਫਿਰ ਲਾਭ ਪ੍ਰਤੀਸ਼ਤ ਕੀ ਹੋਵੇਗਾ?
120 ਦਾ 20% 24 ਦਾ ਡਿਸਕਾਊਂਟ ਦੇ ਕੇ 96 ਰੁਪਏ ਵਿੱਚ ਵਿਕਦੀ ਆ। ਓਕੇ 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 ਵੀ ਆਪਾਂ ਇੰਗਲਿਸ਼ ਗਲਤ ਪੰਜਾਬੀ ਚ ਗਲਤ ਹੈ ਬਈ, ਪੰਜਾਬੀ ਚ ਗਲਤ ਹੈ, ਇੰਗਲਿਸ਼ ਪੜ੍ਹੋ। 20 ਰੁਪਏ ਕਿਹਾ ਗਿਆ, ਇੰਗਲਿਸ਼ ਪੜ੍ਹਦੇ ਹਾਂ। ਕਹਿੰਦਾ ਦ ਮਾਰਕ ਪ੍ਰਾਈਜ਼ ਆਫ ਦ ਚੇਅਰ ਇਜ਼ 20% ਮੋਰ ਦੈਨ ਕੋਸਟ ਪ੍ਰਾਈਜ਼। ਕੋਸਟ ਪ੍ਰਾਈਜ਼ 100 ਹੈ, 20% ਜ਼ਿਆਦਾ ਐਮ ਆਰ ਪੀ ਹੈ, ਐਮ ਆਰ ਪੀ 120 ਹੈ, ਠੀਕ ਹੈ। ਇਫ ਦ ਚੇਅਰ ਇਜ ਸੋਲਡ ਆਫ ਰੁਪੀਸ 220 ਆਫਟਰ ਡਿਸਕਾਊਂਟ ਆਫ 20, ਮਤਲਬ 20% ਦੀ ਛੂਟ ਦੇਣ ਤੋਂ ਬਾਅਦ ਕੁਰਸੀ 220 ਰੁਪਏ ਦੇ ਵਿੱਚ ਵੇਚੀ ਜਾਂਦੀ ਹੈ ਤਾਂ ਐਮ ਆਰ ਪੀ ਕਿੰਨਾ ਹੋ ਜਾਊਗਾ? ਐਮ ਆਰ ਪੀ ਹੁੰਦਾ ਵੇਚ ਮੁੱਲ ਪਲੱਸ ਡਿਸਕਾਊਂਟ। 220 ਦੀ ਵੇਚੀ ਗਈ 20% ਦੀ ਛੂਟ ਦੇ ਕੇ ਤਾਂ ਐਮ ਆਰ ਪੀ ਹੋ ਗਿਆ 240। ਐਮ ਆਰ ਪੀ 240, 220 ਕਿੰਨੇ ਦੇ ਬਰਾਬਰ ਹੈ? 240 ਰੁਪਏ ਦੇ ਬਰਾਬਰ ਹੈ। ਤਾਂ 2 ਨਾਲ ਗੁਣਾ ਕੀਤਾ ਗਿਆ ਇਸ ਪਾਸੇ, ਇੱਧਰ ਵੀ 2 ਨਾਲ ਗੁਣਾ ਕਰੋਗੇ, ਖਰੀਦ ਮੁੱਲ ਕਿੰਨਾ ਆ ਗਿਆ? 200 ਰੁਪਏ, ਖਰੀਦ ਮੁੱਲ ਆਊਗਾ 200 ਰੁਪਏ, ਠੀਕ ਹੈ ਵੀ। 200 ਦਾ ਖਰੀਦ ਕੇ ਜਿਹੜੀ ਵਸਤੂ ਵੇਚੀ ਗਈ ਹੈ ਉਹ 220 ਦੀ ਵੇਚੀ ਗਈ ਹੈ ਤਾਂ ਕਿੰਨੇ ਪਰਸੈਂਟ ਦਾ ਪ੍ਰੋਫਿਟ ਹੈ? 10% ਦਾ ਪ੍ਰੋਫਿਟ ਹੈ ਵੀ। 200 ਦਾ ਖਰੀਦ ਕੇ 220 ਚ ਵੇਚੂਗਾ, 10% ਕਮਾ ਗਿਆ। ਦੇਖੋ 20 ਰੁਪਏ ਦੀ ਕਮਾਈ ਕਰ ਗਿਆ ਕਿ ਨਹੀਂ ਕਰ ਗਿਆ? 200 ਦਾ ਖਰੀਦ ਕੇ 220 ਦੀ ਵੇਚੂਗਾ, 20 ਰੁਪਏ ਕਮਾ ਗਿਆ। ਕਿੰਨੇ ਤੇ? 200 ਤੇ ਗੁਣਾ 100, 10% ਦੀ ਕਮਾਈ ਹੈ, ਠੀਕ ਹੈ, ਕਮਾਈ ਹੈ 10%, ਸੀ ਆਪਸ਼ਨ। ਪੰਜਾਬੀ ਚ ਗਲਤ ਹੈ ਵੀ ਇੱਥੇ 20 ਰੁਪਏ ਆਉਂਦੇ ਆ, ਆਹ ਗਲਤ ਲਿਖਿਆ ਗਿਆ, ਇੱਥੇ 20 ਰੁਪਏ ਆਉਂਦੇ, ਠੀਕ ਹੈ, ਤਾਂ ਹੀ ਆਪਣਾ ਕਰੈਕਸ਼ਨ ਹੋ ਗਿਆ। ਨੈਕਸਟ ਕੁਐਸਚਨ ਆਪਣੇ ਕੋਲੇ ਬੋਰਡ ਮਾਸ, ਹੁਣ ਮੈਂ ਜਲਦੀ ਜਲਦੀ ਬਾਕੀ ਰਹਿ ਗਏ ਨਿਪਟਾ ਦਿੰਦਾ ਵੀ। 4 3 12, 20 - 8 = 12, ਠੀਕ ਹੈ। 48 ਦੇ ਵਿੱਚੋਂ 12 ਮਾਈਨਸ ਕਰੋਗੇ 36, 36 ਨੂੰ 12 ਨਾਲ ਭਾਗ ਕਰੋਗੇ 3, ਆਂਸਰ ਆਊਗਾ 3, ਠੀਕ ਹੈ, ਆਂਸਰ ਕਿੰਨਾ ਆ ਗਿਆ? 3। ਨੈਕਸਟ ਕਹਿੰਦਾ ਇੱਕ ਨਿਸ਼ਚਿਤ ਰਕਮ ਸਧਾਰਨ ਵਿਆਜ ਦੀ ਦਰ ਤੇ 10 ਸਾਲਾਂ ਵਿੱਚ ਆਪਣੇ ਆਪ ਦਾ 7 ਗੁਣਾ ਹੋ ਜਾਂਦੀ ਹੈ। ਸਿੰਪਲ ਇੰਟਰਸਟ ਤੇ ਗੱਲ ਹੋਈ ਹੈ, 7 ਗੁਣਾ ਹੋ ਗਿਆ 10 ਸਾਲਾਂ ਦੇ ਵਿੱਚ। 7 ਗੁਣਾ ਦਾ ਮਤਲਬ ਕੀ ਹੈ? 7 ਗੁਣਾ ਦਾ ਮਤਲਬ ਹੈ ਜੀ ਜਿਹੜਾ ਪ੍ਰਿੰਸੀਪਲ ਹੈ ਉਹਦਾ 7 ਗੁਣਾ ਅਮਾਊਂਟ ਬਣ ਗਿਆ, ਪ੍ਰਿੰਸੀਪਲ ਦਾ 7 ਗੁਣਾ ਅਮਾਊਂਟ ਹੈ, ਠੀਕ ਹੈ। ਜੇਕਰ ਪ੍ਰਿੰਸੀਪਲ 100 ਹੈ ਤਾਂ ਜਿਹੜਾ ਅਮਾਊਂਟ ਹੈ ਉਹ 700 ਹੈ, ਤਾਂ ਜਿਹੜਾ ਡਿਫਰੈਂਸ ਹੈ ਇਹਨਾਂ ਦੋਨਾਂ ਦਾ ਉਹ ਸਿੰਪਲ ਇੰਟਰਸਟ 600 ਹੈ, ਠੀਕ ਹੈ। ਰੇਸ਼ੋ ਚ ਲਿਖੋਗੇ ਤਾਂ 1:7:6 ਲਿਖਿਆ ਜਾਊਗਾ, ਰੇਸ਼ੋ ਚ 1:7:6। ਠੀਕ ਹੈ, ਆ 1 ਹੈ ਤੇ ਆ 7 ਹੈ, ਇਹਨਾਂ ਅਮਾਊਂਟ ਤੇ ਪ੍ਰਿੰਸੀਪਲ ਦਾ ਡਿਫਰੈਂਸ ਸਿੰਪਲ ਇੰਟਰਸਟ 6, ਆ ਕਹਿਣਾ ਚਾਹੁੰਦਾ 7 ਗੁਣਾ ਦਾ ਮਤਲਬ। ਤਾਂ 7 ਗੁਣਾ ਦਾ ਮਤਲਬ ਮੈਨੂੰ ਸਮਝ ਆ ਗਿਆ, ਪ੍ਰਿੰਸੀਪਲ ਕਿੰਨਾ 1, ਸਿੰਪਲ ਇੰਟਰਸਟ ਕਿੰਨਾ 6। ਹੁਣ ਕਹਿੰਦਾ 20 ਸਾਲਾਂ ਚ ਕਿੰਨੇ ਗੁਣਾ ਹੋ ਜੂਗੀ? 20 ਸਾਲਾਂ ਚ ਕਿੰਨੇ ਗੁਣਾ ਹੋਗੀ?
ਤਾਂ ਟਾਈਮ ਕਿੰਨੇ ਗੁਣਾ ਹੋ ਗਿਆ, ਦੋ ਗੁਣਾ ਹੋ ਗਿਆ ਕਿ ਨਹੀਂ ਹੋ ਗਿਆ। ਤਾਂ ਜਿਹੜਾ ਚੇਂਜ ਟਾਈਮ ਦੇ ਵਿੱਚ ਆਉਂਦਾ ਉਹੀ ਚੇਂਜ ਸਧਾਰਨ ਵਿਆਸ ਦੇ ਵਿੱਚ ਆਉਂਦਾ, ਜਿਹੜਾ ਚੇਂਜ ਟਾਈਮ ਦੇ ਵਿੱਚ ਆਊਗਾ ਉਹੀ ਚੇਂਜ ਸਧਾਰਨ ਵਿਆਸ ਦੇ ਵਿੱਚ ਆਉਂਦਾ। ਤਾਂ ਸਧਾਰਨ ਵਿਆਸ ਕਿੰਨਾ ਆ ਗਿਆ, 6 ਗੁਣਾ 2 12, ਤੇ ਪ੍ਰਿੰਸੀਪਲ ਕਿੰਨਾ ਹੈ, 1 12 ਤੇ 1 13 ਗੁਣਾ। ਤਾਂ ਆਂਸਰ ਕਿੰਨਾ ਆਊਗਾ, 20 ਸਾਲਾਂ ਦੇ ਵਿੱਚ ਜਿਹੜਾ ਰਕਮ ਹੈ ਉਹ ਕਿੰਨੇ ਗੁਣਾ ਹੋ ਜੂਗੀ, 13 ਗੁਣਾ ਹੋ ਜੂਗੀ ਬਈ। ਠੀਕ ਹੈ, ਧਿਆਨ ਰੱਖਿਆ ਜੀ, ਜਿਹੜਾ ਚੇਂਜ ਟਾਈਮ ਦੇ ਵਿੱਚ ਆਊਗਾ ਉਹੀ ਸਧਾਰਨ ਵਿਆਸ ਦੇ ਵਿੱਚ ਆਉਂਦਾ, ਜਾਂ ਉਲਟਾ ਵੀ ਕਹਿ ਸਕਦੇ ਹੋ। ਬਾਕੀ ਮੈਂ ਤੁਹਾਨੂੰ ਡਿਟੇਲ ਚੈਪਟਰ ਦੇ ਦੱਸੂਗਾ, ਮੈਂ ਕਾਫੀ ਸਲੋ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਹੌਲੀ ਹੌਲੀ ਕਰਾਈ ਜਾਂਦਾ ਵੀ ਹਰੇਕ ਗੱਲ ਸਮਝ ਆਵੇ। ਨੈਕਸਟ, ਤੇ ਮੇਰੇ ਖਿਆਲ ਆਪਣੀ ਸ਼ਿਫਟ ਦਾ ਲਾਸਟ ਕੁਐਸਚਨ ਕੀ ਕਹਿੰਦਾ, ਵੀ ਵਿਕਰਮ ਨੇ ਇੱਕ ਇਮਤਿਹਾਨ ਵਿੱਚ 32% ਅੰਕ ਪ੍ਰਾਪਤ ਕੀਤੇ, 15 ਅੰਕਾਂ ਨਾਲ ਫੇਲ ਹੋ ਗਿਆ। ਚਲੋ, ਆ ਪਾਸ ਹੋ ਗਿਆ, ਇੱਥੇ 32% ਅੰਕ ਪ੍ਰਾਪਤ ਕੀਤੇ, 15 ਨਾਲ ਫੇਲ ਹੋ ਗਿਆ। ਜੇਕਰ ਉਹ 57% ਅੰਕ ਪ੍ਰਾਪਤ ਕਰਦਾ ਹੈ, 57% ਅੰਕ ਪ੍ਰਾਪਤ ਕਰਦਾ ਹੈ, ਤਾਂ ਉਸ ਨੂੰ ਪਾਸ ਹੋਣ ਵਾਲੇ ਅੰਕਾਂ ਤੋਂ 10 ਅੰਕ ਜ਼ਿਆਦਾ ਮਿਲਦੇ ਹੈ। ਠੀਕ ਹੈ ਵੀ, ਪਾਸਿੰਗ ਮਾਰਕਸ ਤੋਂ 10 ਨੰਬਰ ਅੱਗੇ। ਪ੍ਰੀਖਿਆ ਵਿੱਚ ਪਾਸ ਹੋਣ ਲਈ ਕਿੰਨੇ ਅੰਕ ਚਾਹੀਦੇ ਹਨ, ਤਾਂ 32% ਤੋਂ 57%, 57% ਤੱਕ ਜਾਣ ਤੱਕ ਕਿੰਨੇ ਪਰਸੈਂਟ ਦਾ ਚੇਂਜ ਆ ਗਿਆ, ਤਾਂ ਤੁਸੀਂ ਕਹੋਗੇ 25% ਦਾ ਚੇਂਜ ਆਉਂਦਾ, 25% ਚੇਂਜ ਆਉਂਦਾ, 25% ਨੰਬਰ ਵੱਧਦੇ ਆ। 32% ਤੋਂ 57% ਤੱਕ ਪਹੁੰਚਣਾ ਹੈ ਤਾਂ 25% ਨੰਬਰ ਵਧਾਓਗੇ, ਉਹ 25% ਕਿੰਨੇ ਦੇ ਹੋਣਗੇ, -15 + 10, ਤਾਂ 25% ਕਿੰਨੇ ਦੇ ਬਰਾਬਰ ਹੈ, 25 ਦੇ ਬਰਾਬਰ ਹੈ। -15 + 10 ਕਵਰ ਕਰੋਗੇ ਤਾਂ ਹੀ ਤਾਂ 57 ਤੇ ਪਹੁੰਚੋਗੇ। 25% 25 ਦੇ ਬਰਾਬਰ ਹੈ, 1% ਦੀ ਵੈਲਿਊ 1 ਨੰਬਰ ਦੇ ਬਰਾਬਰ ਹੈ, 1% ਦੀ ਵੈਲਿਊ 1 ਨੰਬਰ। 32% ਦੀ ਵੈਲਿਊ ਕਿੰਨੀ ਆਊਗੀ, 32 ਨੰਬਰ, 32% ਦੀ ਵੈਲਿਊ 32 ਨੰਬਰ। 32 ਨੰਬਰ ਨਾਲ ਆਉਂਦੇ ਆ ਤਾਂ 15 ਨੰਬਰਾਂ ਨਾਲ ਫੇਲ ਹੋ ਗਿਆ, 32 ਨੰਬਰ ਆਉਂਦੇ ਆ 15 ਨੰਬਰ ਨਾਲ ਫੇਲ ਹੋ ਗਿਆ, 32 + 15 47 ਵਾਲਾ ਪਾਸ ਹੁੰਦਾ। ਇਧਰੋਂ ਵੀ ਦੇਖ ਲਓ, 1% ਦੀ ਵੈਲਿਊ 1, 57% ਦੀ ਵੈਲਿਊ 57, 57 ਨੰਬਰ ਆਉਂਦੇ ਆ ਤਾਂ 10 ਨੰਬਰ ਜ਼ਿਆਦਾ ਹੈ, ਤਾਂ 10 ਨੰਬਰ ਪਿੱਛੇ ਜਾਓ, 47 ਵਾਲਾ ਪਾਸ ਹੋ ਗਿਆ। ਠੀਕ ਹੈ ਵੀ, ਆ ਸੀਗਾ ਆਪਣੀ SSC GD ਸ਼ਿਫਟ 4 ਦਾ ਲਾਸਟ ਕੁਐਸਚਨ, ਤੇ ਆਪਣੀ ਸ਼ਿਫਟ ਕੰਪਲੀਟ ਹੁੰਦੀ ਹੈ ਵੀ, ਤੇ ਨੈਕਸਟ ਕਲਾਸ ਦੇ ਵਿੱਚ ਆਪਾਂ ਅਗਲੀ ਸ਼ਿਫਟ ਦੇ ਨਾਲ ਮਿਲਾਂਗੇ, ਤੇ ਤਿਆਰੀ ਹੁਣ ਤੋਂ ਸਟਾਰਟ ਕਰ ਦਿਓ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ, ਕਿਸੇ ਨੂੰ ਲੱਗਦਾ ਨਹੀਂ ਆਪਾਂ ਤਾਂ ਨੋਟੀਫਿਕੇਸ਼ਨ ਆਊਗਾ ਉਦੋਂ ਹੀ ਪੜਾਂਗੇ, ਤਾਂ ਫਿਰ ਤੁਹਾਡੇ ਲਈ ਵੀ ਕੰਪੀਟੀਸ਼ਨ ਵੱਧ ਜਾਊਗਾ, ਸਰਕਾਰੀ ਨੌਕਰੀ ਲੈਣਾ ਔਖਾ ਹੋ ਜਾਊਗਾ, ਤੇ ਕੰਪੀਟੀਸ਼ਨ ਜ਼ਿਆਦਾ, ਤਿਆਰੀ ਟਾਈਮ ਨਾਲ ਸ਼ੁਰੂ ਕਰੋਗੇ ਤਾਂ ਪੇਪਰ ਕਲੀਅਰ ਹੋਊਗਾ ਬਈ। ਠੀਕ ਹੈ, ਮਿਲਦੇ ਨੈਕਸਟ ਕਲਾਸ ਦੇ ਵਿੱਚ ਨੈਕਸਟ ਸ਼ਿਫਟ ਦੇ ਨਾਲ। ਥੈਂਕ ਯੂ।